ਆਪਣੇ ਆਪਣੇ ਆਪ ਨਾਲ ਵਿਆਹ ਕੀਤਾ ਤੇ ਯਾਰਾਂ ਸਾਹਮਣੇ ਚਪੇੜਾ ਮਰਿਆ, ਪਰਦਾ ਕਰ ਪਰਦਾ ਕਰ ਪਰਦਾ ਕਰ। ਪਨਾਹ ਨੇ ਨੀ ਪ੍ਰੀਤ ਘਰ ਤੇ ਅੱਧਾ ਕਿਲੋ ਲੈ ਦਾ ਉਹਨਾਂ ਦਾ ਦੁੱਧ ਲਵਾਇਆ। ਤੇ ਇਹਨੂੰ ਇਹਦੇ ਰਿਸ਼ਤੇਦਾਰ ਦਾ ਫੋਨ ਆਇਆ, ਉਹ ਚੰਗਾ ਹਾਲ ਚਾਲ ਪੁੱਛ ਕੇ ਕਹਿੰਦਾ ਸੁਣਾ ਡਾਕੂਆਂ ਦੀ ਸੁਣਾ ਕਿੱਦਾਂ ਕਰ। ਯਾਰ ਡਾਕੂ ਚੱਲੇ ਪਨਾਹ ਲੈ ਕੇ ਤੇ ਦਾਬਾ ਕੜਾ ਦਾਸ ਕਰ ਚੱਲੇ ਬਾਅਦ ਚੋ ਅਸਲਾਮ ਵਾਲੇਕੁਮ ਜੀ ਨਾਜ਼ਰੀਨ, ਟੀ ਟਾਈਮ ਮੈਂ ਖੁਸ਼ ਆਮਦੀਦ। ਰਮਜ਼ਾਨ 'ਚ ਇਹਨੂੰ ਨਥੀ ਕਰਾ ਦਿਓ, ਕੁਛ ਨਹੀਂ ਹੁੰਦਾ। ਤਾਂ ਇਹਨੂੰ ਸਾਰੀ ਜ਼ਿੰਦਗੀ ਅਸਤੀ ਕਰਾ ਦਿਓ। ਕਿਹਨੂੰ? ਉਹ ਯਾਰ ਛੱਡ ਦੇ, ਜਿਹਨੂੰ ਜਿਹਨੂੰ ਵੀ ਮਰਾਂ ਲੈ ਜਾ ਕੇ ਵੀ ਨਹੀਂ। ਚਲੋ ਵਿੱਚ ਕੋਈ ਨਾਹਤ ਹੋ ਗਈ ਜਾਂ ਕੋਈ ਚੀਜ਼ ਹੋ ਗਈ ਜਾਂ ਕੋਈ ਐਸਾ ਉਹ ਬਚਾ ਲਿਆ, ਲੇਕਿਨ ਆਹ ਸਟਾਰਟ ਜਿਹੜਾ ਨਾ ਇਹ ਨਹੀਂ ਸਹੀ ਹੈਗਾ ਇੱਦਾਂ। ਯਾਰ ਨਾਜ਼ਰੀਨ, ਥੱਕ ਗਿਆ ਮੈਂ, ਅੱਕ ਗਿਆ ਮੈਂ, ਮੈਂ ਅੱਕ ਗਈ ਹਾਂ। ਥੱਕ ਜਾਣ ਦਾ ਇੱਕ ਹੋਰ ਵੀ ਇਹ, ਬੰਦਾ ਥੱਕ ਜਾਂਦਾ, ਲੇਕਿਨ ਜਨਵਰੀ 2003 'ਚ ਇੱਕ ਪਾਕਿਸਤਾਨੀ ਕਾਮਰਾਨ ਦਾ ਨਾਮ ਦਾ ਬੰਦਾ, ਜਿਹਨੇ ਹਾਂਗਕਾਂਗ ਸੂਟਕੇਸ ਦੇ ਵਿੱਚ ਸਫ਼ਰ ਕੀਤਾ ਹਾਂਗਕਾਂਗ ਤੱਕ, ਉਹ ਬੈਰੀ ਜਹਾਜ਼ ਦੇ ਵਿੱਚ ਸੂਟਕੇਸ ਉਹਨਾਂ ਨੇ ਰੱਖੇ ਸਾਰੇ, ਅਤੇ ਉਹਦੇ ਵਿੱਚ ਸੂਟਕੇਸ 'ਚ ਉਹਨੂੰ ਉਹ ਫੋਲਡ ਹੋ ਕੇ ਪਿਆ ਰਿਹਾ, ਅਤੇ ਉਹ ਤਕਰੀਬਨ ਦੱਸਿਆ ਜਾਂਦਾ ਕਿ ਉਹ 2-3 ਦਿਨ ਦਾ ਸਫ਼ਰ ਸੀ, ਜਿਹਦੇ ਵਿੱਚ ਉਹਨੂੰ ਖਾਣਾ ਪੀਣਾ, ਉਸ ਇੱਕ ਸਿੱਖ ਸੀ ਉਹਦਾ ਦੋਸਤ ਜਿਹੜਾ ਡਰਾਈਵਰ ਸੀ ਉਹਦੇ, ਉਹਦੇ ਵਿੱਚ ਕੋਈ ਕੰਮ ਕਰਦਾ ਸੀ, ਉਹਨੂੰ ਖਾਣਾ ਪੀਣਾ ਦਿੰਦਾ ਰਿਹਾ, ਅਤੇ ਉਹ ਸੂਟਕੇਸ ਦੇ ਵਿੱਚ 3 ਦਿਨ ਰਿਹਾ। ਤਹਿਕੀਕ ਹੁੰਦੀ ਹੈ ਕਿ ਜੇ ਇੱਕ ਬੰਦਾ ਆਸਟ੍ਰੇਲੀਆ ਚੋਂ ਨਿਊਜ਼ੀਲੈਂਡ ਗਿਆ, ਇਹ ਗੱਲ ਹੁੰਦੀ, ਉਹਨੇ ਕਿਹਾ ਜੀ ਹਾਂਗਕਾਂਗ ਗਿਆ, ਬਸ ਕਿੱਥੋਂ ਗਿਆ ਕੁਛ ਪਤਾ ਨਹੀਂ। ਇੱਕ ਬੰਦਾ ਹਾਂਗਕਾਂਗ ਗਿਆ, ਹਾਂਗਕਾਂਗ ਦੇ ਵਿੱਚੋਂ ਹੀ ਭਾਵੇਂ ਹਾਂਗਕਾਂਗ ਚਲਾ ਗਿਆ ਹੋਵੇ, ਹਾਂਗਕਾਂਗ ਗਿਆ, ਉਹ ਸੂਟਕੇਸ 'ਚ ਸੀ, ਸੂਟਕੇਸ 'ਚ ਉਹ ਜਨਾਬ ਉਹਦਾ ਇੱਕ ਡਰਾਈਵਰ ਸੀ ਬੈਰੀ ਜਹਾਜ਼ 'ਚ, ਠੀਕ ਹੈ, ਉਹ ਉਹਨੂੰ ਰੋਟੀ ਦਿੰਦਾ ਰਿਹਾ ਅਤੇ ਉਹ 2 ਦਿਨ ਉੱਥੇ ਰਿਹਾ ਵਿੱਚ। ਇਹ ਤਹਿਕੀਕ ਆ, ਤਹਿਕੀਕ ਜਿਹੜੀ ਹੈ ਉਹ ਸਾਰੀ ਪਾਕਿਸਤਾਨ ਤੋਂ ਬੰਦਾ ਆਸਟ੍ਰੇਲੀਆ ਗਿਆ ਸੀ ਜਹਾਜ਼ ਦੇ ਟਾਇਰ ਨਾਲ ਲਮਕ ਕੇ। ਪਾਕਿਸਤਾਨੀ ਸੀ ਉਹ ਜਿਹੜਾ ਕਿ ਉਹ ਦੁਬਈ ਤੋਂ ਹਾਂਗਕਾਂਗ ਗਿਆ ਜੀ, ਐਂਡ ਤਹਿਕੀਕ। ਦੁਬਈ ਤੋਂ 3 ਦਿਨ ਲੱਗਦੇ ਜਾਣ ਤੇ ਉੱਥੇ ਸਿੰਗਾਪੁਰ, ਪਤਾ ਨਹੀਂ ਮੈਂ ਬੈਰੀ ਬੈਰੀ ਸਫ਼ਰ, ਆਹੋ ਉੱਥੇ ਬੈਰੀ ਸਫ਼ਰ ਦਾ ਡਰਾਈਵਰ, ਅੱਗੋਂ ਨੇ ਡਰਾਈਵਰ ਵੀ ਕਿਹਾ, ਡਰਾਈਵਰ ਪਾਇਆ। ਮੈਂ ਕੀ ਕਹਾਂ ਉਹਨੂੰ, ਕੀ ਮੈਨੂੰ ਪਤਾ ਵਾ ਨਾ ਵੀ ਉਹਨਾਂ ਨੇ ਫਿਰ ਸ਼ੁਰੂ ਹੋ ਜਾਣਾ ਵਾ ਜੂ ਅਸੀਂ ਸਨਾਟੇ ਹੁੰਦਾ। ਹਾਂ ਹੁਣ ਤੇਰੀ ਵਾਰੀ ਆ ਚਮਗਾਦੜੇ, ਢੀਂਗਾ ਮੁਸ਼ਤੀ ਦੇ ਮੂੰਹ ਵਾਲੇ, ਤੂੰ ਨਾ ਇੱਦਾਂ ਕਹਿ, ਮੈਂ ਕਿਹਾ ਨਾ ਤਵਾ ਵਾ ਵੇਲੇ ਦੇ ਮੂੰਹ ਵਾਲੇ, ਤੇਰਾ ਨਹੀਂ ਬਣਦਾ ਹੈਗਾ, ਓਏ ਗੁਲ ਗਪਾੜੇ ਦੇ ਮੂੰਹ ਵਾਲੇ, ਜਿੰਨਾ ਕੁਛ ਤੂੰ ਕਹਿੰਦਾ ਵਾ ਜ਼ਾਇਆ ਹੋਣ ਡਿਆ ਵਾ, ਕਿਉਂਕਿ ਉਹ ਮੂੰਹ ਵਾਲਾ ਵਾ ਜਿਹਨੂੰ ਬੰਦਾ ਕੁਛ ਵੀ ਨਹੀਂ, ਕੋਈ ਜੁਗਤ ਬਣਦੀ ਉਹਦੇ ਤੇ ਉਹਨੂੰ ਫਿਟ ਹੋ ਗਿਆ। ਚਲੋ ਚਲੋ ਉਹੀ ਸਹੀ, ਤੇ ਜਿਹੜੀ ਮੈਂ ਗੱਲ ਕੀਤੀ ਨਾ ਤਾਜੀ ਜਹਾਜ਼ ਦੇ ਟਾਇਰ ਨਾਲ ਲਮਕ ਗਿਆ, ਇਹ ਹਕੀਕਤ ਗੱਲ ਨਹੀਂ ਯਕੀਨ, ਇੱਥੇ ਗੂਗਲ ਸਰਚ ਕਰ ਲਓ ਫਿਲਮ ਦੀਵਾਨੇ ਤੇਰੇ ਪਿਆਰ ਕੇ, ਬੰਦੇ ਦਾ ਅਸੀਂ ਮੋਮਰ ਰਾਣਾ GLE ਦੇ ਮਗਰ ਗਿਆ ਸੀ ਆਸਟ੍ਰੇਲੀਆ ਜਹਾਜ਼ ਦੇ ਪਹੀਏ ਨਾਲ ਲਮਕ ਕੇ। ਹਾਂਜੀ ਮੋਰੀਸ਼ੀਅਸ ਗਿਆ ਸੀ ਉਹ, ਕਿਆ ਬਾਗ ਜਿਹਨਾਂ ਨੇ ਹਿਸਟਰੀ ਪੜ੍ਹੀ ਇਹ ਵੇਖ, ਮੋਰੀਸ਼ੀਅਸ ਕਿਤਾਬ ਲੱਭੀ ਹੈ ਕਿ ਹੁਣ ਫਿਲਮ ਲੱਭੀ ਹੈ।
ਵਰਜੀ ਕਰ ਲੋ ਤੂੰ ਸੋਹਣਿਆ ਕੋਈ ਟਿਕਾਣਾ ਲੱਭ। ਹਾਂਜੀ ਕਣਕੀ ਵਾਲਾ ਕੰਮ ਜਿਹੜਾ ਨਾ ਬੜਾ ਪੁਰਾਣਾ ਵਾ। ਇੱਕ ਮਿੰਟ ਅੱਜ ਕੀ ਹੋਇਆ? ਕੁਛ ਨਹੀਂ, ਮੈਂ ਸੁਣ ਰਿਹਾ। ਸੁਣੋ 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 ਸੁਣੋ। ਇਸ ਕੰਮ ਤੋਂ ਬੜੇ ਲੋਕ ਮਰ ਜਾਂਦੇ। ਡੰਕੀ ਨਹੀਂ ਮੈਂ ਮੰਨਦਾ ਭਾਈ, ਕਿਉਂਕਿ ਮਿੱਟੀ ਦੇ ਵਿੱਚ ਵੀ ਬੰਦੇ ਰਹਿ ਲੈਂਦੇ ਪੰਜ ਪੰਜ ਛੇ ਛੇ ਘੰਟੇ। ਉਹਦੇ ਉਹ ਸਾਈਕਲ ਚੈਂਪੀਅਨ ਹੁੰਦੇ ਆ। ਉਹ ਰਹਿ ਲੈਂਦੇ। ਸਹੀ ਜਿਹੜੀ ਤੁਸੀਂ ਡੰਕੀ ਲਈ ਸੀਗੀ ਲੋਰੋਂ ਮਤਲਬ ਡੰਕੀ ਜਿਹੜੀ ਲਾਉਣੀ ਉਹ ਮੈਂ ਬੜੀ ਵਾਰੀ ਲਾਈ। ਮਤਸਲਮ ਮਤਸਲਮ ਸਾਡੇ ਸਾਰਿਆਂ ਚ ਬਹੁਤ ਹੀ ਅਹਿਲ ਨੇ ਲਾਈ। ਜਿੱਥੇ ਤੁਸੀਂ ਕਿਤੇ ਗਏ ਅੜਾ ਤਾਂ ਅਗਲੇ ਨੇ ਜ਼ਿਆਦਾਤਰ ਕਹਿੰਦੇ ਫੜੇ ਜਾਂਦੇ ਨੇ ਭਾਜਨ। ਨਹੀਂ ਅਗਲੇ ਮਤਲਬ ਇਹਦੇ ਚ ਇੱਦਾਂ ਵਾ ਵੀ ਅੱਜ ਨਹੀਂ ਕੱਲ ਨਹੀਂ, ਉਸ ਚੌਂਕ ਚ ਉਸ ਚੌਂਕ ਚ ਉਸ ਜੰਗਲ ਚ ਉਸ ਇਲਾਕੇ ਚ ਉਹ ਬਾਰਡਰ ਪਾਰ ਕਰਨ ਲੱਗੇ ਉਹ ਪਾਰ ਕਿਤੇ ਵੀ ਤੁਹਾਡਾ ਹਿਸਾਬ। ਲੇਕਿਨ ਕੁਛ ਲੋਕ ਮਤਲਬ ਦਿਲ ਕਰੇ ਤੇ ਪਹਿਲੇ ਬਾਰਡਰ ਤੇ ਗੋਲੀ ਖਾ ਲੈਂਦੇ ਹੁਣ। ਕੁਛ ਲੋਕਾਂ ਦਾ ਪਤਾ ਨਹੀਂ ਲੱਗਦਾ, ਉਹਨਾਂ ਨੂੰ ਪਤਾ ਉਦੋਂ ਲੱਗਦਾ ਜਦੋਂ ਅਗਲੇ ਦੇ ਬਿਲਕੁਲ ਮੌਤ ਦੇ ਸਿਰ ਤੇ ਖਲੋਤੇ ਹੁੰਦੇ, ਉੱਥੇ ਅਗਲੇ ਕਹਿੰਦੇ ਠਾਪਾ। ਸਭ ਤੋਂ ਵੱਡੀ ਗੱਲ ਆ ਤੁਸੀਂ ਉਹਨੂੰ ਕਹਿ ਕੁਛ ਨਹੀਂ ਸਕਦੇ ਪਏ, ਸਮਝਾ ਨਹੀਂ ਸਕਦੇ। ਐਟਲੀਓ ਆਉਂਦਾ ਸ਼ਿਪ ਸਾਰਾ ਡੁੱਬਿਆ ਵਾ, ਕਿੰਨੇ ਬੰਦੇ ਔਰਾਨ ਜਿਹੜੇ ਫੌਤ ਹੋਏ ਸੀ ਉਹਨਾਂ ਦੇ ਆਪਣੇ ਹੀ ਜ਼ੇਹਨ ਚ ਆਵੇ ਕਿ ਵੀ ਨਹੀਂ ਡੰਕੀ ਲਾਉਣੀ ਫੇਰ, ਨਹੀਂ ਤੇ ਕੋਈ ਚੱਕਰ ਨਹੀਂ। ਅਗਲੇ ਘਰਦਿਆਂ ਨੂੰ ਦੱਸਦੇ, ਯਾਰਾਂ ਦੋਸਤਾਂ ਨੂੰ ਦੱਸਦੇ ਇੰਜ ਕਰਕੇ। ਹਾਂਜੀ ਡੰਕੀ ਸਤਾਜ ਦੇਖੋ, ਜਦੋਂ ਪਰਵਾਸ ਤੁਹਾਨੂੰ ਮਯਸਰ ਹੀ ਨਹੀਂ, ਆਹੋ ਜਹਾਜ਼ ਦਾ ਸਫ਼ਰ ਤੁਹਾਡੇ, ਜਹਾਜ਼ ਨਹੀਂ ਜਹਾਜ਼ ਦਾ ਸਫ਼ਰ ਮਯਸਰ ਨਹੀਂ, ਪੈਸੇ ਹੈ ਨਹੀਂ ਤੁਹਾਡੇ ਕੋਲ, ਤੁਹਾਡਾ ਤੱਲਕ ਹੈ ਨਹੀਂ। ਮਤਲਬ ਤੁਸੀਂ ਅਮਰੀਕਾ ਦੀ ਡੰਕੀ ਲਾਈ ਇੱਕ ਬੰਦੇ ਨੇ ਇੰਡੀਆ ਚੋਂ ਜਾਂ ਪਾਕਿਸਤਾਨ ਚੋਂ, ਸਤਾਜ ਜੀ ਉੱਥੇ ਤੇ 15-20 lakh ਰੁਪਏ ਦਾ ਖਰਚਾ ਵਾ। ਹਾਂਜੀ ਇੰਨਾ ਹੈ, ਠੀਕ ਹੈ। ਪਾਕਿਸਤਾਨ ਚੋਂ 15-20 lakh ਦਾ ਖਰਚਾ ਵਾ, ਇੰਡੀਆ ਚੋਂ 7-8 lakh ਦਾ ਹੋਊ ਇੱਕ ਮਿਸਾਲ ਪਤਾ ਨਹੀਂ ਕਿੰਨਾ। ਅਤੇ ਸਤਾਜ ਜੀ ਉਹ ਕਿੱਥੋਂ ਡੰਕੀ ਵਾਲੇ ਨੇ ਕਹਿਣਾ ਲੈ 1 lakh ਰੁਪਈਆ ਦੇ ਚੱਲ, ਬੰਦਾ ਛੋਟੀ ਡੰਕੀ ਲਾ ਦੇ। ਇੱਕ ਮਿੰਟ ਗੱਲ ਬੜੀ ਸਹੀ, ਜਿਹਦੇ ਕੋਲ ਪੈਸੇ ਨਹੀਂ ਹੈਗੇ, ਜਿਹਦੇ ਕੋਲ ਕੋਈ ਫੈਸਿਲਿਟੀ ਨਹੀਂ ਹੈ, ਉਹਦੇ ਹਿੱਸੇ ਫਿਰ ਡੰਕੀ ਆਉਂਦੀ ਹੈ ਜੀ। ਲੇਕਿਨ ਉਹਦੇ ਚ ਰਿਸਕ ਆ, ਕਿਹਾ ਜਾਂਦਾ ਕਿ ਮੌਤ ਆ ਸਿੱਧੀ ਸਿੱਧੀ। ਲੇਕਿਨ ਸਾਰੇ ਸਿਆਸਤਦਾਨ ਕਹਿੰਦੇ ਕਿ 80% ਡੰਕੀ ਮੌਤ ਆ। ਹਾਂਜੀ ਉਹ ਗੋਲੀ ਮਾਰਨ ਨਾਲ ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ। ਇੱਕ ਮਿੰਟ ਮੇਰੀ ਗੱਲ ਸੁਣਨਾ, ਉਹਨੇ ਕਿਹਾ ਤੁਹਾਨੂੰ ਇੱਕ ਮਿੰਟ, ਤੁਹਾਨੂੰ ਇਹ ਨਹੀਂ ਪਤਾ ਹੁੰਦਾ ਆਈ ਕਿੱਧਰੋਂ, ਆਈ ਕਿੱਧਰੋਂ, ਲਟੇਰੇ ਪੈ ਜਾਂਦੇ ਰਾਜ, ਸੱਪ ਪੈ ਜਾਂਦੇ, ਐਮਾਜ਼ੋਨ ਆਉਂਦਾ ਵਿੱਚ, ਬੜਾ ਬੜਾ ਕੁਛ ਆਉਂਦਾ। ਬੜੀਆਂ ਸਹੂਲਤਾਂ ਵਾ ਡੰਕੀ ਵਾਲੀਆਂ। 71 ਤੋਂ 72 ਬਾਰਡਰ ਪਹਾੜੀਆਂ ਟੱਪ ਕੇ, ਇਹ ਤਾਂ ਮੁਖਤਲਿਫ ਮੁਲਕਾਂ ਦਾ ਹਿਸਾਬ ਨਾ ਵੀ ਤੁਸੀਂ ਕਿਹੜੇ ਮੁਲਕ ਜਾ ਰਹੇ ਹੋ। ਹਾਂਜੀ ਠੀਕ ਹੈ ਨਾ, ਇਹ ਵੀ ਐਡਾ ਬੇਵਕੂਫ ਹੈ, ਡੰਕੀ ਲਾ ਕੇ ਤੇ ਅਫਗਾਨਿਸਤਾਨ ਚ ਲਾ ਗਏ। ਔਕਾਤ ਨੀ ਹੁਣ ਟਗਾ ਪਤਾ ਕਿੰਨੇ ਦਾ, ਇੱਥੇ 3 ਰੁਪਏ ਹੁਣ ਤੇ 1 ਟਗਾ ਬਣਦਾ ਜੀ। ਜੀ ਬੰਗਲਾਦੇਸ਼ ਚੱਲਦਾ ਨਾ, ਬੰਗਲਾਦੇਸ਼ ਚ ਟਕਾ ਚੱਲਦਾ ਤੇ ਇੰਨੀ ਲੋਅ ਕਰੰਸੀ ਹੁੰਦੀ ਸੀ ਕਿ ਪਾਕਿਸਤਾਨੀ ਕਹਿੰਦੇ ਹੁੰਦੇ ਸੀ ਤੇਰੀ 2 ਟਕੇ ਦੀ ਔਕਾਤ ਨੀ, ਇੰਨੀ ਲੋਅ ਕਰੰਸੀ। ਇਸ ਟਾਈਮ ਟਗਾ ਪਾਕਿਸਤਾਨ ਨਾਲੋਂ ਠੀਕ ਜਾ ਰਿਹਾ ਔਰ ਪੂਰਾ ਬੰਗਲਾਦੇਸ਼ ਹੀ ਠੀਕ ਜਾ ਰਿਹਾ। ਸਾਡੀ ਕਰੰਸੀ ਹੈ ਵੀ ਕਿਸ ਤਰ੍ਹਾਂ ਹੋਏਗੀ, ਉੱਪਰ ਕਿਸ ਤਰ੍ਹਾਂ ਆਏਗੀ, ਇਹਦਾ ਕੋਈ ਹੈ ਕੋਈ ਸਿਸਟਮ, ਕੋਈ ਮਸ਼ਵਰਾ ਹੀ ਦੇ ਦਿਓ ਉਸਤਾਦ ਜੀ।
ਕਿਉਂਕਿ ਅੱਜ ਕੱਲ੍ਹ ਨਾਲ ਹੀ ਨਾ ਭਰੇ ਪਏ ਹੋ ਤੁਸੀਂ। ਅਗਰ ਤੁਸੀਂ ਇਹਦੇ ਅਗਰ ਤੁਸੀਂ ਮਾਇਨਾ ਕਰੋ ਤਾਂ ਜਵਾਬ ਅਸੀਂ ਮੈਂ ਦੇਵਾਂ ਹਸਤਾ ਜੀ ਜੀ ਕਰੰਸੀ ਇੱਕ ਤਰੀਕੇ ਨਾਲ ਉੱਪਰ ਜਾਏਗੀ। ਸਾਰੇ ਮੁਲਕ ਜਿਹੜੇ ਆਪਣੇ ਨੋਟ ਨੂੰ ਪਲਾਸਟਿਕ ਦੇ ਵਿੱਚ ਕਨਵਰਟ ਕਰ ਰਹੇ, ਪਲਾਸਟਿਕ ਦਾ ਨੋਟ ਕਰੋਗੇ ਜਿੰਨੇ ਪਲਾਸਟਿਕ ਦੇ ਨੋਟ ਹੋਣਗੇ ਘਸੇਗਾ ਘੱਟ ਅਤੇ ਝੱਕ ਵੀ ਬਹੁਤੀ, ਉਹ ਹਿਸਾਬ ਆ ਫਟੇਗਾ ਨਹੀਂ, ਕਰੰਸੀ ਤੁਹਾਡੀ ਉੱਪਰ ਜਾਏਗਾ। ਤਕਰੀਬਨ 6 ਮਹੀਨੇ ਹੋ ਗਏ ਨੇ ਪਲਾਸਟਿਕ ਦੇ ਨੋਟ ਪਾਕਿਸਤਾਨ ਦੇ ਸਾਰੇ ਕਰੰਸੀ ਨੋਟ ਪਲਾਸਟਿਕ ਹੋ ਗਏ ਨਵੇਂ ਜਿਹੜੇ ਛਪ। ਮੇਰਾ ਖਿਆਲ ਆ ਕਿ 1000 ਦਾ ਨੋਟ ਆ ਜ਼ਿਆਦਾ ਤੋਂ ਜ਼ਿਆਦਾ ਦੁਬਈ ਦਾ ਜੀ, ਤੇ ਜਿਹੜਾ ਯੂਕੇ ਜਾਂ ਅਮਰੀਕਾ ਵਾ ਇਹਨਾਂ ਦਾ ਮੇਰਾ ਖਿਆਲ 100 ਦਾ ਵੱਡੇ ਤੋਂ ਵੱਡਾ ਜਾਂ 200 ਹੋਏਗਾ, 200 ਹੋਏਗਾ। ਤੇ ਯੂਐਸ ਪਾਕਿਸਤਾਨ ਦਾ 5000 ਵਾਲਾ ਨੋਟ ਆ ਤੇ 10 ਵਾਲਾ ਵੀ ਕੱਢਣ ਨੂੰ ਫਿਰ ਰਹੇ। ਹਾਂਜੀ ਜੀ, ਜ਼ਿੰਬਾਬਵੇ ਦਾ 10 ਖਰਬ ਦਾ ਵੀ ਨੋਟ ਜੇ, 10 ਖਰਬ ਦਾ ਨੋਟ, 10 ਖਰਬ ਬੰਦਾ ਕੀ ਛੱਲੀ ਲੈ ਕੇ 10 ਖਰਬ ਵਾਲਾ ਨੋਟ ਦੇ ਆ ਪਾਈ ਮੈਂ ਕੋ ਆਹੀ ਇੱਥੇ ਤੇ 5000 ਵਾਲਾ ਨੋਟ ਲੈ ਕੇ ਫਰੀ ਸਾਵਰੀ ਸਾਹਿਬ 2.5 ਮਹੀਨੇ ਇਸੇ ਚੱਕਰ 'ਚ ਚੀਜ਼ਾਂ ਖਾਈ ਜਾਂਦੇ ਨੇ। 20 ਰੁਪਏ ਦੀ ਚੀਜ਼ ਲਈ 5000 ਵਾਲਾ ਨੋਟ ਕਾਢ, ਉਹਨੇ ਕਿਹਾ ਚੱਲ ਰਹਿਣ ਦੇ ਯਾਰ, ਉਹਨੇ ਨੇ ਰੱਖਿਆ ਵਾ ਜਦੋਂ ਪੁਰਾਣਾ ਹੋ ਜਾਂਦਾ ਦੁਕਾਨਦਾਰ ਕੋ ਫਿਰ ਵਟਾ ਲੈਂਦਾ ਆਪਣੇ 5000 ਕਾਪੀਆਂ ਲੈ ਕੇ ਤੇ ਰਸਤੇ 'ਚ ਗੱਡੀ 'ਚ ਨਾਲ ਜਾਣ ਦੇ ਸੱਚੀ ਵਿੱਚ 5000 ਦਾ ਨੋਟ ਲੱਭਿਆ ਇਹਨੇ ਆਪਣੇ ਬਾਲ ਦਾ ਨੰਬਰ ਔਰ ਯੂਨੀ ਖਤਮ ਕਰ ਨਾ ਤੁਹਾਡਾ ਮੇਰਾ ਤਾਂ ਲੱਗੀ ਕੋਈ ਨਹੀਂ। ਤੇ ਜਿਹੜਾ 5000 ਦਾ ਨੋਟ ਦਿਖਾ ਕੇ ਚੀਜ਼ਾਂ ਖਾਦਾ ਨਾ ਉਹਨੂੰ ਕਹਿੰਦਾ ਮੈਂ ਕੰਮ ਵਾਲਾ ਨੋਟ ਰੱਖਿਆ ਹੈ। ਆਹੋ ਉਹ ਕੰਮ ਵਾਲਾ ਨੋਟ ਆ, ਕੰਮ ਵਾਲਾ ਨੋਟ 5000 ਵਾਲਾ ਨੋਟ ਲੱਭ ਗਿਆ ਮਹੱਲੇ ਦੇ ਨਾਜ਼ਮ ਦੇ ਬੂਹੇ ਤੇ ਜਾ ਕੇ ਇੱਟਾਂ ਮਾਰਨ ਲੱਗ ਗਏ, ਕਹਿੰਦਾ ਨਿਕਲੋ ਐਡਾ ਤੋਂ ਕਿਤੇ ਵੱਡਾ। ਹਰ ਰਿਸ਼ਤੇਦਾਰ ਨੂੰ ਕਹਿਣ ਡਿਆ ਯਾਰ ਦੇ ਦੇ ਤੂੰ ਪੈ ਮੇਰੇ ਕੋਲ 5000। ਉਹ ਭਾਈ ਕਿਸੇ ਨੂੰ ਇਹਦਾ ਨੋਟ ਡੇਗ ਪਿਆ 5000 ਵਾਲਾ, ਉਹ ਕਿਸੇ ਨੇ ਚੁੱਕਿਆ, ਉਹ ਸ਼ਰੀਫ ਆਦਮੀ ਚ ਉਹਨੇ ਕਿਹਾ ਯਾਰ ਨਹੀਂ ਯਾਰ ਇੰਝ ਨਹੀਂ, ਇਹ ਮਹੱਲੇ ਦਾ ਜਿਹੜਾ ਮੇਨ ਆ ਉਹਨੇ ਕਿਹਾ ਜੀ ਕੌਣ ਆ ਇੱਥੇ, ਉਹਨੇ ਕਿਹਾ ਜੀ ਉਹ ਨਾਜ਼ਮ ਸਾਹਿਬ ਨੇ, ਉਹ ਚਲਾ ਗਿਆ। ਉਹਦੀ ਬੁੱਢੀ ਨੇ ਬੋਲ ਖੋਲਿਆ ਕਹਿੰਦਾ ਬਾਜੀ ਆ ਮੈਨੂੰ ਨੋਟ ਲੱਭਾ 5000 ਵਾਲਾ, ਤੇ ਆ ਤੁਸੀਂ ਦੇਖੋ ਵੀ ਇਹ ਉਹਨੇ ਨੋਟ ਸਾਰਾ ਦੇਖਿਆ ਐਂ ਕਰਕੇ ਕਿੰਨੀ ਨਹੀਂ ਇਹ ਸਾਡੇ ਮਹੱਲੇ ਚੋਂ ਕੱਢਦਾ ਨਹੀਂ। ਚਾਲੀ ਹੋ ਗਏ ਐਂਡ ਤੇ ਸਾਰੀ ਉਹਦਾ ਗਾਣੇ ਗੁਣੇ ਸੁਣ ਕੇ ਉਹਨੂੰ 160 ਰੁਪਏ ਦਿੱਤੇ ਨੇ। ਉਹ ਤੇ ਖੁਸਰੇ ਲਹੂ ਸ਼ੁਰੂ ਹੋ ਗਿਆ, ਰਾਲਾ ਸੁੱਟਣ ਲੱਗਾ, ਪਾਗਲ ਹੋ ਗਿਆ, ਕਹਿੰਦਾ 150 ਹੋ ਗਿਆ। ਅਮਰੀਕਾ ਦੀ ਕੈਲੀਫੋਰਨੀਆ ਦੀ ਇੱਕ ਔਰਤ ਸੀ ਤੇ ਉਹ ਆਪਣੇ ਬੰਦੇ ਦੇ ਨਾਲ ਲੜਦੀ ਸੀ, ਬੰਦਾ ਉਹਨੂੰ ਚੰਗਾ ਨਹੀਂ ਸੀ ਸਮਝਦਾ ਤੇ ਉਹ ਕਹਿੰਦੀ ਕਿ ਉਹ ਕਿਸੇ ਹੋਰ ਔਰਤ ਦੇ ਮਗਰ ਸੀ ਤੇ ਉਹ ਗੁੱਸੇ ਦੇ ਵਿੱਚ ਨਾ ਜੀ ਉਹਨੇ ਤੀਸਰੀ ਮੰਜ਼ਿਲ ਤੋਂ ਉਹਨੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਬੜੀ ਹੈਲਦੀ ਸੀ, ਬੜੀ ਮੋਟੀ, ਬੜੀ ਜਵਾਨ ਸੀ। ਦੁਨੀਆ ਦਾ ਐਸਾ ਇਤਫਾਕ ਰਿਕਾਰਡ 'ਚ ਆਇਆ ਵਾ ਕਿ ਉਹਨੇ ਤੀਸਰੀ ਮੰਜ਼ਿਲ ਤੋਂ ਛਾਲ ਮਾਰੀ ਤੇ ਉਹਦਾ ਬੰਦਾ ਥੱਲੋਂ ਚਹਿਲ ਕਦਮੀ ਕਰਦਾ ਹੋਇਆ ਘਰ ਨੂੰ ਵਾਪਸ ਆ ਰਿਹਾ ਸੀ ਤੇ ਉਹਦੇ ਉੱਤੇ ਮਾਰਤੀ, ਉਹ ਬੰਦੇ ਦੇ ਉੱਤੇ ਮਾਰਤੀ ਤੇ ਬੰਦਾ ਮਰ ਗਿਆ ਤੇ ਫੇਰ ਬਚ। ਅਸਲ ਉਹਦਾ ਛਾਲ ਮਾਰਨ ਦਾ ਮਕਸਦ ਹੀ ਇਹ ਸੀ, ਉਹਨੇ ਨਿਸ਼ਾਨਾ ਬੰਨ ਕੇ ਖਾਵਨ ਤੇ ਜੀ ਸਰ। ਹਾਂ ਹਰ ਸ਼ੋ ਚ ਨੀ ਸਹੀ ਰਹਿਣੀ ਮੇਰੇ ਹਿਸਾਬ ਨਾਲ, ਬਾਕੀ ਆਡੀਅੰਸ ਤੁਹਾਨੂੰ ਸਹੀ ਦੱਸ ਦੇ ਸਾਡੇ ਨਾਲ ਰਹੀ ਜਿਹੜੇ ਨੇ। ਮੇਰੇ ਹਿਸਾਬ ਨਾਲ ਇਹ ਕਿ ਤੁਸੀਂ ਬਹਿੰਦੇ ਹੀ ਇੱਕ ਤਹਿਕੀਕ ਛੱਡ ਦਿਆ ਕਰੋ, ਇੱਕ ਅੱਧੀ ਜਿਹੜੀ ਐਂਡ ਤੇ ਛੱਡ ਦਿਆ ਕਰੋ, ਬਸ ਇਹ ਦੋ ਤਹਿਕੀਕਾਂ ਰੱਖੋ ਤੁਸੀਂ, ਔਰ ਤਹਿਕੀਕ ਹੋਵੇ ਜਿਹੜੀ ਮਤਲਬ ਸੁਣੀ ਅਸੀਂ ਤੇ ਮੁੱਕਣ ਵਾਲੀ ਗੱਲ ਹੋਵੇ ਬਸ ਖਤਮ ਹੋ ਜਾਈਏ। ਨਾਲੇ ਤਹਿਕੀਕ ਕੋਈ ਕਿਤਾਬ ਦਾ ਨਾਮ, ਕੋਈ ਮੁਸੰਨਫ ਦਾ ਨਾਮ, ਕੋਈ ਕੋਈ ਹਵਾਲਾ। ਅੱਛਾ ਇੱਕ ਤਹਿਕੀਕ ਐਸੀ ਨਹੀਂ, ਜਿਵੇਂ ਦਾ ਇੱਕ ਮੈਂ ਇੱਕ ਵਾਰੀ ਦੱਸਿਆ ਸੀ ਨਾ
ਇੱਕ ਬੰਦੇ ਨੇ, ਇੱਕ ਬੁੱਢੀ ਸੀ ਉਹਨੇ ਆਪਣੇ ਸਾਊਂਡ ਸਿਸਟਮ ਨਾਲ ਵਿਆਹ ਕਰ ਲਿਆ, ਸ਼ਾਦੀ ਕਰ ਲਈ ਉਹਨੇ ਆਪਣੇ ਸਾਊਂਡ ਸਿਸਟਮ ਨਾਲ, ਹੁਣ ਇਹਦੇ 'ਤੇ ਤੁਸੀਂ ਭਾਵੇਂ 15 ਮਿੰਟ ਖੇਡੀ ਜਾਓ। ਇੱਕ ਬੰਦਾ ਜੀ ਉਹਨੇ ਆਪਣੇ ਆਪ ਨਾਲ ਵਿਆਹ ਕਰ ਲਿਆ ਤੇ 100 ਬੰਦੇ ਦੀ ਬਰਾਤ ਵੀ ਲੈ ਕੇ ਗਿਆ, ਆਪਣੇ ਜੀ ਆਪਣੇ ਆਪ ਨਾਲ। ਇੱਕ ਮਿੰਟ ਇਹਨੂੰ ਜ਼ਰਾ ਉੱਤੇ ਰੋਸ਼ਨੀ ਪਾਣਾ, ਆਪਣੇ ਆਪ ਨਾਲ ਬਰਾਤ ਕਿੱਥੇ ਲੈ ਕੇ ਗਿਆ? ਉਹਨੇ ਜਿੱਥੇ ਵੀ ਮੈਰਿਜ ਹਾਲ ਕੀਤਾ ਸੀ, ਜੋ ਵੀ ਉਹਨੇ ਅਰੇਂਜ ਕੀਤਾ ਸੀ। ਆਹੋ, ਤੇ ਵਿਆਹ ਕੇ ਕਿਹਨੂੰ ਲੈ ਕੇ ਆਇਆ? ਆਪੇ ਹੀ ਆਪਣੇ ਆਪ ਨੂੰ, ਆਪਣੇ ਆਪ ਨੂੰ ਵਿਆਹ ਕਰਕੇ ਆਪੇ ਹੀ ਆ ਗਿਆ। ਯਾਰ ਵਿਆਹ ਤੁਸੀਂ ਚਲੇ ਪਏ, ਤੁਸੀਂ ਚਲੇ ਗਏ ਉਹਦੇ 'ਚ ਵੀ ਆ ਵੋਟੀ ਬੈਠੀ ਆ, ਬੰਦਾ ਬੈਠਾ। ਅੱਛਾ ਜੀ ਉਹਨੇ ਆਪਣੇ ਆਪ ਨਾਲ ਕੀਤਾ, ਵੋਟੀ ਕਿੱਦਾਂ ਬੈਠੀ? ਇਹ ਨਹੀਂ ਗੱਲ ਕਰ ਰਿਹਾ, ਉੱਥੇ ਇੱਦਾਂ ਨਹੀਂ ਹੁੰਦਾ। ਉਹਨੇ ਆਪਣੇ ਆਪ ਨੂੰ ਆਪੇ ਹੀ ਆਪਣੀ ਬੀਵੀ ਮੰਨ ਲਿਆ, ਗੱਲ ਖਤਮ। ਤੇ ਕਬੂਲ ਕਬੂਲ, ਹਾਂਜੀ। ਔਰ ਬਰਾਤ ਵੀ ਉਹ ਲੈ ਕੇ ਗਿਆ ਉਸ ਹਾਲ ਦੇ ਵਿੱਚ, ਉੱਥੇ ਜਾ ਕੇ ਉਹਨੇ ਇਵੈਂਟ ਕੀਤਾ ਹੋਏਗਾ, ਇਕੱਲੇ ਨੇ ਖਾ ਪੀ ਕੇ ਦੋਸਤਾਂ ਨਾਲ ਆ ਗਿਆ ਹੋਏਗਾ। ਯਾਨੀ ਕਿ ਉਹਨੇ ਕਿਹਾ ਹੋਣਾ ਇੱਧਰ ਸਲਾਮੀ ਕਿੱਧਰ ਪਾਉਂਦੇ ਹੋਣਗੇ, ਕਿੱਧਰ ਮਹਿੰਗੀ। ਮੈਂ ਤੁਹਾਨੂੰ ਇੱਕ ਵਾਰੀ ਦੱਸਿਆ ਨਹੀਂ ਸੀ ਇੱਕ ਤਹਿਕੀਕ ਕਿ ਉਹ ਇੰਡੀਆ ਤੇ ਕਿਸੇ ਮੁਲਕ ਦੀਆਂ ਮਸ਼ਕਾਂ ਹੋ ਰਹੀਆਂ ਸੀ, ਇੰਡੀਆ ਫੌਜੀ ਮਸ਼ਕਾਂ ਹੋ ਰਹੀਆਂ ਸੀ। ਉਹ ਇੱਕ ਇੰਡੀਆ 'ਚੋਂ ਫੌਜੀ ਉੱਡਿਆ ਜਾਂ ਪਤਾ ਨਹੀਂ ਉਸ ਮੁਲਕ ਦਾ ਉੱਡਿਆ ਕੋਈ ਪੈਰਾਸ਼ੂਟ 'ਤੇ, ਉਹ ਪੈਰਾਸ਼ੂਟ ਤੋਂ ਕੋਈ ਮਸਲਾ ਬਣਿਆ ਵਾਹਣ, ਉਹ ਸਿੱਧਾ ਹੀ ਤੁਸੀਂ ਉਹਨਾਂ ਦੀ ਛਾਉਣੀ ਦੇ ਵਿੱਚ ਜਾ ਰਹੇ ਇਕੱਲਾ ਹੀ। ਤੇ ਉੱਥੇ ਉੱਤਰਦੇ ਹੁਣ ਅਸੀਂ ਹਿਸਾਬ ਲਾਇਆ ਸੀ, ਬੜੀਆਂ ਗੱਲਾਂ ਕੀਤੀਆਂ ਸੀ, ਉੱਤਰਦੇ ਉਹਨੇ ਕੀ ਬਹਾਨਾ ਲਾਇਆ ਹੋਇਆ ਵੀ ਉਹਨੇ ਢੇਠਾ ਭੈਣ ਬਚਣਾ ਉਹਨੇ, ਤੇ ਉਹ ਉੱਤਰਦੇ ਕੀ ਕਹਿੰਦਾ ਹੈਗਾ ਵੀ ਭਾਜੀ ਮੈਂ ਅਸਲ 'ਚ ਇੱਧਰ ਇੱਧਰ ਆਇਆ ਸੀ ਭਾਜੀ, ਮੈਂ ਆਪਣੀ ਗੇਮ ਲੈਣਾ। ਹਾਂ, ਇੱਦਾਂ ਦੇ ਅਸੀਂ ਬਹੁਤ ਗੱਲਾਂ ਕਰ ਲਈਏ ਇੰਜ ਦੀ ਤਹਿਕੀਕ ਹੋਵੇ। ਆਲੂ ਦੇ ਵਿੱਚ ਪੋਇਜ਼ਨ ਹੁੰਦਾ, ਆਲੂ 'ਚ ਜ਼ਹਿਰ ਹੁੰਦਾ, ਜਾਨਵਰ ਆਲੂ ਦੇ ਵਿੱਚ ਜ਼ਹਿਰ ਹੁੰਦਾ। ਇੱਕ ਸਾਹ ਜੀ ਇੱਕ ਹੋਰ ਮਾਦਰ ਤੈਨੂੰ ਦੱਸਾਂ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਲੇਕਿਨ ਅੱਜ ਮੈਂ ਦੱਸ ਰਿਹਾ, ਮੈਂ ਬਰਮਲਾ ਕਰ ਰਿਹਾ, ਆਲੂ ਵਿੱਚ ਪੋਟਾਸ਼ੀਅਮ ਮਲਮਲ ਗਨੇਟ ਤੇ ਉਹਦੇ ਵਿੱਚ ਕਰੰਟ ਹੁੰਦਾ। ਤੁਸੀਂ ਚਾਰਜਰ ਆਲੂ ਦੇ ਵਿੱਚ ਲਾ ਦਿਓ ਤੇ ਮੋਬਾਈਲ ਚਾਰਜ ਕਰੋ, ਹੋ ਜਾਏਗਾ 100%। ਨਾ ਹੋਵੇ ਮੈਂ ਦੇਣ ਦਾ ਟਮਾਟਰ ਵੀ ਰੱਖਣਾ, ਨਹੀਂ ਟਮਾਟਰ ਨਹੀਂ ਰੱਖਣਾ ਪੈਂਦਾ। ਉਹ ਅੱਗੋਂ ਕਿਸੇ ਨੂੰ ਸੋਚ ਚ ਆਲੂ ਢਿੱਲਾ ਹੁੰਦਾ ਨਾ, ਫਿਰ ਟਮਾਟਰ ਦੇ ਕੇ ਉਹਨੂੰ ਲੱਤਾਂ ਟੈਪ ਕਰਨੀਆਂ ਪੈਂਦੀਆਂ। ਨਹੀਂ 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 ਉਸਤਾਦ ਜੀ, ਆਲੂ ਤੁਸੀਂ ਕੋਈ ਵੀ ਲੈਣਾ, ਕੋਈ ਵੀ ਲੈਣਾ ਜਿਹੜਾ ਪੈ ਜਾਂਦਾ ਆਲੂ ਲੱਕ ਚ। ਨਹੀਂ 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 ਆਲੂ ਜਿਹੜਾ ਸਬਜ਼ੀ ਵਾਲਾ ਵਾ। ਓਏ ਆਲੂ ਕਿਤੇ ਓਪੋ ਦੇ ਆਉਂਦਾ ਹੈ ਭਰਾਵਾ, ਓਏ ਹੁਣੇ ਤੁਹਾਨੂੰ ਮੈਂ ਤਜਰਬਾ ਕਰ ਦਿੰਦਾ, ਆਲੂ ਪਏ ਆ ਵਿੱਚ, ਤੁਸੀਂ ਉਹਦੇ ਚਾਰਜਰ ਲਾਣਾ ਤੇ ਚਾਰਜਿੰਗ ਮੋਬਾਈਲ ਦੇ ਵਿੱਚ ਲਾਓ, ਤੁਹਾਡਾ ਚਾਰਜ ਹੋ ਜਾਏਗਾ। ਜੇ ਚਾਰਜ ਨਾ ਹੈ ਨਾ ਬਹਾਨਾ, ਮੈਂ ਦੇਣਦਾਰ ਯਾਰ, ਛੱਡ ਦੇ, ਮੈਂ ਦੇਣਦਾਰ ਨਾ ਦੇਣਦਾਰ, ਮੰਨ ਜਾਓ ਯਾਰ, ਮੰਨ ਜਾਓ, ਠੀਕ ਹੈ ਨਾ। ਜੇ ਸਤਾਰੀ ਚਾਰਜ ਨਾ ਹੈ ਨਾ, ਕੱਚਿਆਂ ਕਹਿੰਦਾ ਆਲੂ ਸੜਿਆ ਭਾਜੀ, ਉਹ ਨਹੀਂ ਸੜਿਆ, ਮੈਂ ਤਹਿਕੀਕ ਕੀਤੀ ਆ। 13 ਪੇਰ ਦਾ ਹੋਵੇ ਕਮ ਅਜ਼ ਕਮ, ਤੁਸੀਂ ਦੋਵੇਂ ਲੱਤਾਂ ਆਲੂ ਚ ਵਾੜਨੀਆਂ ਨੇ, ਲੱਤਾਂ ਗਿੱਲੀਆਂ ਹੋਣੀਆਂ ਨੇ, ਉਹ ਚਾਰਜ ਨਹੀਂ ਹੋਣਾ, ਕੱਢ ਕੇ ਤੁਸੀਂ ਸੋਚ ਚ ਲਾਉਣਾ ਤੇ ਉੱਥੇ ਇਸ ਕਿਸਮ ਦਾ ਪਟਾਕਾ ਪੈਣਾ ਉਹਦੇ ਗਿੱਲੇ ਹੋਣੇ। ਗੱਲਾਂ ਤੇ ਤਵੱਜੋ ਨੀ ਕਰਨੀ, ਮੈਨੂੰ 2 ਮੋਟੀ ਪੈਣ ਵਾਲੇ ਆਲੂ ਦੇ ਦਿਓ। ਮੈਂ ਤੈਨੂੰ ਜੈਨੂਇਨ ਕਹਿਣ ਡਿਆ ਵਾ, ਮੈਨੂੰ ਮੰਨਣ ਨਹੀਂ ਦੇ ਉਸਤਾਦ, ਜਦੋਂ ਮੰਨਦੇ ਨੀ ਕਸਮ ਵਾਲੀ ਗੱਲ, ਦਿਲ ਟੁੱਟ ਜਾਂਦਾ ਹੈਗਾ। ਅੱਖਾਂ ਦੇ ਵਿੱਚ ਜਿਹੜੇ ਤੁਹਾਡੇ ਹਾਸੇ ਆਈਆਂ ਹਲਕੇ ਹੁੰਦੇ ਆ, ਵੇਖੋ ਮੇਰੇ ਹਲਕੇ, ਟਮਾਟਰ ਤੁਸੀਂ ਕੱਟ ਕੇ ਨਾ ਵਿੱਚੋਂ ਜਿਹੜੇ ਉਹਦੇ ਬੀਜ ਨਿਕਲਣੇ ਨੇ, ਬੀਜ ਸਾਈਡ ਤੇ ਕਰਕੇ ਟਮਾਟਰ ਦਾ ਵਿੱਚ ਹੋਲ ਪੂਰਾ ਕਰਕੇ ਉਹ ਤੁਸੀਂ ਅੱਖਾਂ ਦੇ ਰੱਖੋ, ਤੁਹਾਨੂੰ ਸਕੂਨ ਮਿਲੇਗਾ। ਉਹ ਖੀਰੇ ਦਾ ਤੇ ਮੈਂ ਸੁਣਿਆ ਸੀ, ਖੀਰੇ ਦਾ ਤੁਸੀਂ ਜਦੋਂ ਨੀਂਦ ਆਣੀ ਨਾ, ਨੀਂਦ ਤੋਂ ਪਹਿਲੇ ਤੁਸੀਂ ਖੀਰਾ ਇੱਥੇ ਡਾ ਕੇ ਝੱਗ ਕੱਢ ਲੈਣੀ ਖੀਰੇ 'ਚ, ਪਹਿਲੇ ਤੁਸੀਂ ਇੱਥੇ ਰੱਖਣਾ, ਤੁਹਾਨੂੰ ਨੀਂਦ ਆਏਗੀ। ਜਿਹੜਾ ਟਮਾਟਰ ਉਹਨਾਂ ਨੇ ਹਲਕੇ ਦੂਰ ਕਰਨੇ ਨੇ, ਠੀਕ ਹੈ, ਕੀ ਕਰੀਏ, ਭਾਰੇ ਕਿਹਨੇ ਦੂਰ ਕਰਨੇ, ਹੈਂ ਭਾਰੇ ਭਾਰੇ ਕਿਹੜੇ ਤੇ ਤੁਸੀਂ ਭਾਜੀ ਆਪਣੇ ਹਲਕੇ ਦੂਰ ਕਰੋ, ਗੰਦੀ ਦਰੀ ਦੇ ਹਲਕੇ ਆ ਤੇ ਮੈਂ ਲਾ ਨਹੀਂ ਰਿਹਾ ਟਮਾਟਰ, ਕਿੱਥੇ ਲਾਉਂਗਾ ਗੰਦੀ ਦਰੀ ਨੇ ਭਾਜੀ। ਹਾਂਜੀ, ਉਹ ਤਹਿਕੀਕ ਸਹੀ ਸੀ, ਆਪਣੇ ਆਪ ਨਾਲ ਵਿਆਹ ਕਰ ਲਿਆ ਆਪਣੇ ਆਪ, ਫਰੀ ਨੇ ਵੀ ਤਾਜੀ ਕੀਤਾ ਆਪਣੇ ਆਪ ਨਾਲ, ਫਿਰ ਵੀ ਤਲਾਕ ਹੋ, ਇੰਨਾ ਆਪਣੇ ਆਪ ਨਾਲ ਘੱਟ ਮੁਖਲ, ਆਪਣੇ ਆਪ ਨਾਲ ਆਪਣੇ ਆਪ ਨੂੰ ਤਲਾਕ ਦੇ, ਕਾਗਜ਼ ਭੇਜ ਕੇ ਆਪੇ ਆਪਣੇ ਘਰ ਕਰਦਾ, ਚੰਗਾ ਹੀ ਹੋਇਆ ਤੂੰ ਮੇਰੀ ਜਾਨ ਚ, ਆਪੀ ਆਪਣੇ ਆਪ ਨੂੰ ਵਿਆਹ ਕਰਕੇ ਤੇ ਬਾਹਰ ਆ ਕੇ ਬਦਹੋਈਆਂ ਕਰਨੇ, ਬੜੇ ਕੰਦੇ ਖਾਨਦਾਨ ਚ ਪਹੁੰਚਾਤੀ ਕਰਦਾ। ਉਸਤਾਦ ਜੀ ਮੈਂ ਆਪ ਨਾਲ ਵਿਆਹ ਕਰਾਇਆ, ਫਰੀਦ ਨੇ ਤੇ ਆਪਣੇ ਥੱਲੇ ਲੱਗ ਗਏ। ਆ ਅਬਾਸ ਨੇ ਆਪਣੇ ਆਪ ਨਾਲ ਵਿਆਹ ਕਰਾਇਆ ਉਸਤਾਦ ਜੀ, ਜਦੋਂ ਬਰਾਤ ਲੈ ਕੇ ਨਾ
ਅੱਧਾ ਡੋਲੀ ਸੀ, ਆਹ ਅੱਧਾ ਕਾਰ ਚ ਸੀ। ਤਾਜੀ ਬਾਸ ਨੇ ਵੀ ਆਪਣੇ ਆਪ ਨਾਲ ਵਿਆਹ ਕਰਾਇਆ ਤੇ ਬਾਹਰ ਦੋਸਤ ਕਹਿੰਦੇ ਚਲੇ, ਕਹਿੰਦਾ ਯਾਰ ਘਰ ਤੇ ਨੀ ਮੰਨਦੀ। ਤਾਈ ਫਰੀਦ ਨੇ ਆਪਣੇ ਆਪ ਨਾਲ ਵਿਆਹ ਕਰ ਲਿਆ, ਇੱਥੇ ਸੁਰਖੀ ਲਾ ਕੇ ਮੁੱਛਾਂ ਨੂੰ ਵੀ ਵੱਟ ਦੇਈ, ਥੱਲੇ ਤੁਰਕੀ ਲਾਈ, ਸੁਰਖੀ ਵੀ ਲਾਈ ਉੱਪਰ ਮੁੱਛਾਂ ਨੂੰ ਵੱਟ ਦੇਈ। ਅਬਾਸ ਨੇ ਵੀ ਆਪਣੇ ਆਪ ਨਾਲ ਵਿਆਹ ਕਰਿਆ ਕਿ ਰਾਜ ਖੈਰ ਆ, ਕਿੱਧਰ ਜਾ ਰਹੇ ਤਿਆਰ ਹੋ ਕੇ। ਅਬਾਸ ਨੇ ਨਾ ਆਪਣੇ ਆਪ ਨਾਲ ਵਿਆਹ ਕਰਾਇਆ, ਬਾਹਰ ਜਾਣ ਦਾ ਕਿਸੇ ਮੁੰਡੇ ਨੇ ਛੇੜਾ ਨੂੰ ਕਹਿਣਾ ਨਾ ਨਾ ਮੇਰਾ ਫੈਮਿਲੀ ਆ, ਦੋਸਤ ਨਾਲ ਸਲਾਮ ਦੁਆ ਲੈ ਕੇ ਕਹਿੰਦਾ ਆਪਣੀ ਭਰਜਾਈ ਨਾਲ ਵੀ ਲੈ ਸੀ। ਨਹੀਂ ਨਹੀਂ, ਉਸ ਤੋਂ ਬਾਅਦ ਜਦੋਂ ਏਦਾਂ ਕਹਿਣ ਲੱਗ ਪਏ ਨਾ, ਫਿਰ ਇਕੱਲਾ ਆਉਂਦਾ ਹੁੰਦਾ ਸੀ, ਲੋਕੀ ਕਹਿੰਦੇ ਸੀ ਇਕੱਲਾ ਹੀ ਹੈ ਤੇ ਭਾਬੀ ਨਾਲ। ਆਪਣੇ ਦੋਸਤਾਂ ਨੂੰ ਮਿਲਣ ਡਿਆ ਤੇ ਇਕੱਲਾ ਹੀ ਵਿਆਹ ਕੀਤਾ, ਆਹ ਦੋਸਤ ਨਾਲ ਕਰਕੇ ਨਾ, ਆਹ ਕਹਿੰਦਾ ਉਨਸ ਸਲਾਮ ਲਓ, ਉਧਰੋਂ ਵਾਲਕੁਮ ਸਲਾਮ। ਫਰੀਦ ਨੇ ਆਪਣੇ ਆਪ ਨਾਲ ਵਿਆਹ ਕੀਤਾ, ਬਾਹਰ 3-4 ਘੰਟੇ ਫਿਰ ਕੇ ਆਣ ਕੇ ਬਾਅਦ ਚੋਂ ਆਪਣੀ ਬਿਸ਼ਤੀ ਗਈ ਹੈ, ਵਿਪਾਰਾ ਘੱਟ ਫਿਰਿਆ ਕਰ। ਆਪਣੇ ਆਪ ਨਾਲ ਵਿਆਹ ਕੀਤਾ ਤੇ ਯਾਰਾਂ ਸਾਹਮਣੇ ਚੁਪੇੜਾ ਮਰਿਆ, ਪਰਦਾ ਕਰ ਪਰਦਾ ਕਰ ਪਰਦਾ ਕਰ। ਆਪਣੇ ਆਪ ਨਾਲ ਵਿਆਹ ਕਰਾ ਕੇ ਆਪਣੇ ਅੱਬੇ ਨੂੰ ਸਹੁਰਾ ਗਈ। ਆਪਣੇ ਆਪ ਨਾਲ ਨਾ ਅਬਾਸ ਨੇ ਵਿਆਹ ਕਰਾਇਆ ਤੇ ਇੱਕ ਪਾਸੇ ਬਾਪ ਬਣਾਈ ਜਾਵੇ, ਇੱਕ ਪਾਸੇ ਕਰੀ ਜਾਵੇ। ਆਪਣੇ ਆਪ ਨਾਲ ਵਿਆਹ ਕੀਤਾ ਸਤਾ ਜੀ, ਏਦਾਂ ਚਾਦਰ ਲੈ ਕੇ ਬਾਅਦ ਚ ਕੁੰਡ ਕੇ ਕੁੰਡ ਏਦਾਂ ਤਾਂ ਨੂੰ ਕਰਕੇ ਕਹੀ, ਮੰਗ ਕੀ ਮੰਗ ਮੰਗ ਕੀ ਮੰਗ ਰਹੀ ਹੈ ਐ ਉਹਦੀ ਤਕੀਕ ਹੈ। ਆਪਣੇ ਆਪ ਕਰਕੇ ਨਾ ਇਹਦੀ ਤਕੀਕ ਇਹਦੇ ਸਰੀਰ ਦਾ ਕਰਾ ਤਾ ਹੀ ਆ। ਤਾਂ ਜੀ ਫਰੀਦ ਦੇ ਘਰ ਡਾਕੂਆਂ ਨੇ ਪਨਾਹ ਲੈ ਲਈ ਤੇ ਇਹਦੀ ਵਜ੍ਹਾ ਤੋਂ ਡਾਕੂ ਵੀ ਫੜੇ। ਡਾਕੂਆਂ ਨੇ ਪਨਾਹ ਲੈ ਲਈ ਸਤਾਈ ਫਰੀਦ ਦੇ ਘਰ ਤੇ ਉਹਨਾਂ ਨੂੰ ਕਹਿੰਦੇ ਸਾਹ ਮੀਟਰ ਲਵਾਓ, ਆਪਣਾ ਬਿੱਲ ਬਹੁਤ ਆ। ਸਾਹ ਮੀਟਰ ਨੀ, ਸੱਪ ਮੀਟਰ। ਫਰੀਦ ਦੇ ਘਰ ਡਾਕੂਆਂ ਨੇ ਪਨਾਹ ਲਈ ਤੇ ਬਾਹਰ ਜਦੋਂ ਜਾ ਰਹੇ ਕਹਿੰਦੇ ਕਿੰਨਾ ਮਜ਼ਾ ਆਇਆ। ਫਰੀਦ ਦੇ ਘਰ ਡਾਕੂਆਂ ਨੇ ਪਨਾਹ ਲਈ ਤੇ ਬਾਹਰ ਆ ਕਹਿੰਦੇ ਉਹ ਭਾਈ ਅੱਲਾ ਦੀ ਪਨਾਹ ਹੀ। ਬਕਵਾਸ ਕਰਨ ਡਿਆ ਤੂੰ, ਮਾਦਰਤ ਕਰ ਭਾਜੀ ਕੋ। ਉਹਨੇ ਕਿਹਾ ਕੀ ਆ ਗੱਲ, ਬਕਵਾਸ ਕਰਨ ਡਿਆ ਰੋਟੀ ਰੋਟੀ ਖਾਣੀ। ਬਣਦੀ ਆ ਗੱਲ, ਸੁਣ ਰਹੇ ਹੋ ਤੁਸੀਂ ਪ੍ਰੀਤ ਸਾਹਿਬ, ਤੁਸੀਂ ਸੁਣ ਰਹੇ ਹੋ ਨਾ। ਤਾਈ ਡਾਕੂਆਂ ਨੇ ਪਨਾਹ ਲਈ ਮਿੱਠੇ ਦੇ ਘਰ ਤੇ ਉਹਨਾਂ ਦਾ ਸੂਟ ਪਾ ਕੇ ਬਾਹਰ ਫਿਰਨ, ਉਦੇ ਕਮੀਜ਼। ਮਿੱਠੇ ਦੇ ਘਰ ਡਾਕੂਆਂ ਨੇ ਪਨਾਹ ਲਈ ਤੇ ਬਾਹਰ ਆ ਕੇ ਕਹਿੰਦੇ ਅਸੀਂ ਬੇਪਨਾਹ ਲਈ। ਇਹਨੇ ਮਿੱਠੇ ਮਿੱਠੇ ਦੇ ਘਰ ਡਾਕੂਆਂ ਨੇ ਪਨਾਹ ਲਈ ਤੇ ਆ ਕੇ ਬਾਹਰ ਕਹਿੰਦੇ ਯਾਰ ਜਿੱਥੇ ਟਾਈਮ ਹੀ ਲਾਇਆ ਕੀਤਾ। ਇਹਨਾਂ ਦੇ ਘਰ ਵੀ ਡਾਕੂਆਂ ਨੇ ਪਨਾਹ ਲਈ ਤੇ ਇਹਦਾ ਆਪਾਂ ਡਾਕੂ ਕਿਉਂ ਜਾਂਦੇ ਨੇ, ਕਹਿੰਦਾ ਜੁੱਤੀ ਤੁਹਾਡਾ ਮੁੰਡਾ ਪਾ ਗਿਆ ਭਾਜੀ। ਤਾਈ ਇਹਨਾਂ ਦੇ ਮਿੱਠੇ ਦੇ ਘਰ ਡਾਕੂਆਂ ਨੇ ਪਨਾਹ ਲਈ ਤੇ ਫੁੱਲ ਦਿਲ ਲੱਗਾ ਇਹਨਾਂ ਦਾ, ਉਹਨਾਂ ਦੇ ਨਾਲ ਉੱਤੇ ਕਮਰਾ ਸ਼ੁਰੂ ਕਰਤਾ ਛੱਪਣ ਲੱਗੀ। ਪਨਾਹ ਕੋਈ ਪਨਾਹ ਲੈਣ ਦਾ ਮੌਕਾ ਨੀ ਦਿੰਦੇ, ਕੋਈ ਗੱਲ ਨੀ। ਡਾਕੂ ਨੇ ਪਨਾਹ ਲਈ, ਇਹ ਬਾਹਰ ਚੱਲਾ ਤੇ ਡਾਕੂ ਨੂੰ ਕਹਿਣਾ ਕੁੰਡੀ ਲਾ ਲਓ, ਬੂਹਾ ਕਾਇਆ ਤੇ ਖੋਲਣਾ ਨੀ। ਦੇਖਿਆ ਜੀ ਫੇਰ ਮਿੱਠੇ ਦੇ ਘਰ ਡਾਕੂਆਂ ਨੇ ਪਨਾਹ ਲਈ ਤੇ ਉਹਨਾਂ ਨੂੰ ਕਹਿ ਦਿਆ ਵੀ ਪਾ ਕੇ ਬੋਤਲ ਮੰਗਾਈਏ ਜੰਬੋ। ਅਬਾਸ ਘਰ ਵੀ ਡਾਕੂਆਂ ਨੇ ਪਨਾਹ ਲਈ ਤੇ ਬਾਹਰ ਨੂੰ ਚੱਲਾ, ਡਾਕੂ ਕਹਿੰਦਾ ਆਉਂਦਿਆਂ ਦਹੀਂ ਫੜੀ ਲਿਆਈ। ਕਹਿ ਲੱਗੋ ਬਾਸ
ਡਾਕੂਆਂ ਨੇ ਬਣਾ ਲਈ ਤੇ ਥੋੜੀ ਦੇਰ ਬਾਅਦ ਇੱਕ ਡਾਕੂ ਅਗਰਬੱਤੀਆਂ ਦਾ ਪੈਕਟ ਲੈ ਕੇ ਆ ਰਿਹਾ, ਕਹਿੰਦਾ ਯਾਰ ਬਹੁਤ ਸਮੈਲ ਆ ਰਹੀ। ਦਾਨਿਸ਼ ਘਰ ਡਾਕੂਆਂ ਨੇ ਬਣਾ ਲਈ ਤੇ ਸਾਰੇ ਮਹੱਲੇ ਵਾਲੇ ਸਮਝਦੇ ਇਹਨਾਂ ਦੇ ਰਿਸ਼ਤੇਦਾਰ ਆ। ਅਬਾਸ ਘਰ ਡਾਕੂਆਂ ਨੇ ਬਣਾ ਲਈ ਤੇ ਅੱਧੇ ਕੁ ਘੰਟੇ ਬਾਅਦ ਮੀਟਿੰਗ ਕਰਨ ਦੇ, ਯਾਰ ਗ੍ਰਿਫਤਾਰੀ ਨਾ ਦੇ ਦਈਏ ਇੱਥੇ ਰਹਿਣ ਨਾਲ। ਗ੍ਰਿਫਤਾਰੀ ਦੇ ਦੇ ਦਾਨਿਸ਼ ਘਰ ਡਾਕੂਆਂ ਨੇ ਬਣਾ ਲਈ ਤੇ ਉਹਨਾਂ ਦਾ ਸ਼ਗਿਰਦ ਹੋ ਗਿਆ, ਘਰ ਹੀ ਕਰਨਾ ਪੈਣਾ। ਫੈਸਲ ਦੇ ਘਰ ਡਾਕੂਆਂ ਨੇ ਪਨਾਹ ਲੈ ਲਈ, ਮਕਾਨ ਹੀ ਏਡਾ ਛੋਟਾ ਸੀ ਉੱਥੇ ਕਿਤੇ ਲੈ ਸਕਦੇ। ਇਹੀ ਇਹ ਤਾਂ ਮੇਰੀ ਗੱਲ ਹੋਰ ਵੱਡੀ ਕਰ ਦਿੱਤੀ। ਫੈਸਲ ਦੇ ਘਰ ਡਾਕੂਆਂ ਨੇ ਪਨਾਹ ਲਈ, ਡਾਕੂਆਂ ਨੇ ਜਦੋਂ ਮਕਾਨ ਦੇਖਿਆ ਨਾ ਤੇ ਡਾਕੂ ਇਹਨਾਂ ਨੂੰ ਕਹਿੰਦੇ ਰਲ ਕੇ ਕਿਤੇ ਹੋਰ ਪਨਾਹ ਲੈ ਲਈ, ਅੱਧਾ ਕਿਰਾਇਆ ਤੁਸੀਂ ਦੇ ਜਾਣਾ ਅੱਧਾ ਅਸੀਂ ਦੇ ਜਾਣਾ। ਬਈ ਫੈਸਲ ਘਰ ਡਾਕੂਆਂ ਨੇ ਪਨਾਹ ਲੈ ਲਈ ਤੇ ਡਾਕੂ ਕਹਿੰਦੇ ਯਾਰ ਇਹਨਾਂ ਦੇ ਮਾਹੌਲ ਦੀ ਵਜ੍ਹਾ ਤੋਂ ਆਪਾਂ ਫੜੇ ਨਾ ਜਾਂਦੇ। ਡਾਕੂ ਨੇ ਪੜਾ ਲਈ ਤੇ ਜਿੱਥੇ ਡਾਕੂ ਲੁਕੇ ਇਸ ਕਿਸਮ ਦੇ ਧਮਕੇ ਉੱਥੋਂ ਆਏ। ਡਾਕੂ ਨੇ ਆਪ 1-5 ਫੂਮਲਾ ਕਹਿੰਦਾ ਭਾਜੀ ਇਹਨਾਂ ਨੂੰ ਸਾਡਾ ਦੱਸ ਦੇਣਾ। ਮਿੱਠੇ ਘਰ ਡਾਕੂਆਂ ਨੇ ਪੜਾ ਲਈ ਤੇ ਉਦਣ ਹੀ ਰਾਸ਼ਨ ਪਵਾ ਗਿਆ। ਨੋਨੀ ਦੇ ਘਰ ਡਾਕੂਆਂ ਨੇ ਪਨਾਹ ਲਈ ਤੇ ਜ਼ਿੱਦ ਕਰਨ ਦਿਆ ਰਾਤ ਨੂੰ, ਕਹਿੰਦਾ ਨਹੀਂ ਮੈਂ ਉਹਨਾਂ ਦੇ ਨਾਲ ਹੀ ਪੈਣਾ। ਉਤਲੇ ਪੋਰਸ਼ਨ ਚ ਇਹਨਾਂ ਦੇ ਡਾਕੂਆਂ ਨੇ ਪਨਾਹ ਲੈ ਲਈ ਤੇ ਬਾਹਰ ਬੈਲ ਤੇ ਲਿਖਿਆ ਡਾਕੂਆਂ ਕੇ ਲਈ ਉੱਪਰ ਵਾਲੀ ਬੈਲ ਬਜਾਏ। ਆਹੋ ਉੱਤੇ ਨੂੰ ਤੀਰ ਬਣਿਆ। ਡਾਕੂਆਂ ਨੇ ਪਨਾਹ ਲੈ ਲਈ ਨੋਨੀ ਘਰ ਤੇ ਉਹਨਾਂ ਨੂੰ ਕਹਿ ਦਿਆ ਡਿਫਰੈਂਸ ਕੀ ਏ। ਮੈਂ ਚੋਰ ਹੁੰਦਾ ਕਿ ਹੁਣ ਲਾਈਕ ਤੂੰ ਦਾਨਿਸ਼ ਦੇ ਨਾਲ ਬੈਠਾ, ਆਹੋ ਤੇਰਾ ਮੋਬਾਈਲ ਉੱਥੇ ਪਰੇ ਪਿਆ, ਦਾਨਿਸ਼ ਹਿਸਾਬ ਨਾਲ ਇੱਥੋਂ ਚੁੱਕ ਕੇ ਨਿਕਲ ਗਿਆ ਬਾਹਰ, ਇਹ ਚੋਰੀ ਆ, ਚੋਰ ਆ। ਡਾਕੂ ਡਕੈਤੀ ਹੁੰਦੀ ਆ ਜਿਹੜਾ ਤੋਂ ਅਸੀਂ ਇੱਥੇ ਬੈਠੇ ਹਾਂ, ਬਾਹਰੋਂ 10 ਬੰਦੇ ਆ ਗਏ, ਉਹਨਾਂ ਨੇ ਗੰਨਾ ਫੜੀਆਂ, ਉਹਨਾਂ ਕੱਢ ਦਿਓ ਜੋ ਕੁਛ ਹੈਗਾ ਸਾਰੇ ਆਮ ਬਰਹਣਾ ਦੱਸ ਕੇ। ਓਕੇ ਉਹ ਡਾਕੀ ਹੁਣ ਤੈਨੂੰ ਪੁੱਛਿਓ ਬਗੈਰ ਚੁੱਕ ਕੇ ਲੈ ਗਿਆ, ਉਹ ਚੋਰੀ ਆ, ਉਹ ਚੋਰ ਆ। ਜਿਹੜਾ ਸਾਹਮਣੇ ਲੈ ਗਿਆ ਉਹ ਡਾਕੂ ਆ, ਜਿਹੜਾ ਦੱਸ ਕੇ ਪੁੱਛ ਕੇ ਨਿਜ਼ਾਮ ਸ਼ਮਸੀ ਪੂਰਾ ਦਿਖਾ ਕੇ ਹੱਥੀ ਜਿਹਨੂੰ ਦਿਓ ਤੁਹਾਨੂੰ ਬੰਨ ਦੇਵੇ, ਉਹ ਡਾਕੂ ਆ। ਲੇਕਿਨ ਮੇਰੇ ਹਿਸਾਬ ਨਾਲ ਚੋਰ ਉਹ ਵੀ ਹੁੰਦਾ ਵਾ ਕਿ ਜਿਹੜਾ ਬੰਦਾ ਯਾਨੀ ਕੰਮ ਕਰਦਾ ਜਿੱਥੇ ਉੱਥੇ ਆ ਜਾਏ। ਨਹੀਂ ਤੇ ਜੇ ਇੱਕ ਮਿਸਾਲ ਆ ਇੱਦਾਂ ਦੇ, ਫਿਰ ਇੱਕ ਮਿਸਾਲ ਤੈਨੂੰ ਮੈਂ ਕਹਾਂ ਯਾਰ ਫੈਸਲ 10,000 ਰੁਪਏ ਦੇ ਕੱਲ੍ਹ ਲੈ ਲਈ, ਇੱਕ ਮਿਸਾਲ ਜਿਵੇਂ ਲੋਕ ਕਰਦੇ, ਮੈਂ ਤੇਰੇ ਕੋਲ ਲੈ ਲਿਆ, ਉਸ ਤੋਂ ਬਾਅਦ ਮੈਂ ਤੇਰਾ ਨੰਬਰ ਵੀ ਬੰਦ ਕਰਤਾ, ਲੱਭਣ ਵੀ ਨਹੀਂ ਦਿਆ, ਦਿੱਤੇ ਵੀ ਨਹੀਂ, ਤੇ ਫਿਰ ਮੈਂ ਡਾਕੂ ਹੀ ਹੋਇਆ। ਤਰੀਕਾ ਤਾਂ ਇਹ ਆ, ਮੇਰਾ ਸਿਰਫ ਤਰੀਕੇਕਾਰ ਦਾ ਹੀ ਫਰਕ ਆ ਕਿ ਮੈਂ ਤੈਨੂੰ ਆ ਗਿਆ ਇੰਜ ਨਹੀਂ ਕਿਹਾ ਵੀ ਦੇ ਦੇ ਤੇ ਮੈਂ ਤੈਨੂੰ ਗੇੜੇ ਦੇ ਕੋਲ ਲੈ ਗਿਆ। ਇੱਕ ਮਿਸਾਲ ਆ, ਇੱਕ ਡਾਕੂ ਆਇਆ ਉਹਨਾਂ ਦੇ 10,000 ਰੁਪਏ ਕੱਢ ਹੋਏ ਪੈਸੇ ਜੇਬ 'ਚ, ਤੇ ਕੋਈ ਅਸੀਂ 10,000 ਤੋਂ ਕੱਢ ਲਓ ਭਾਅ ਜੀ, ਤੈਨੂੰ ਪਤਾ ਇਹਨੇ ਦੇਣੇ ਨਹੀਂ, ਟਕੇਤੀ ਹੋਈ ਚਲਾ ਗਿਆ। ਇੱਕ ਦੂਸਰਾ ਆਪਸ਼ਨ ਇਹ ਹੋਇਆ ਕਿ ਇੱਕ ਬੰਦਾ ਆਇਆ ਉਹਨੇ ਕਿ ਫੈਸਲੇ 10,000 ਰੁਪਇਆ ਚਾਹੀਦਾ ਕਾਰ ਪੜੀ, ਮੈਂ ਕੱਲ੍ਹ ਤੈਨੂੰ ਦੇ ਦਿਆਂਗਾ, ਸਵੇਰੇ ਇੱਕ ਬੰਦੇ ਨੇ ਮੈਨੂੰ ਦੇ ਦੇਣੇ, ਆਹ ਵੇ ਹੁਣੇ ਮੈਨੂੰ ਫੋਨ ਕਰਕੇ ਦੇਣੇ, ਤੂੰ ਕਹਿ ਲੈ ਯਾਰ ਚੱਲ ਸਵੇਰੇ ਇਹਨੇ ਦੇ ਦੇਣੇ ਮੈਨੂੰ, ਕੱਲ੍ਹ ਸ਼ਾਮ ਨੂੰ ਲੋੜ ਆ ਜਾਂ ਮੇਰੀ, ਉਹ ਲੈ ਕੇ ਉਹ ਵੀ ਨਿਕਲ ਗਿਆ, ਹੁਣ ਉਹ ਵੀ ਨਹੀਂ, ਉਹਨੇ ਵੀ ਨਹੀਂ ਦਿੱਤੇ, ਉਹਨੇ ਵੀ ਨਹੀਂ ਦਿੱਤੇ, ਦੱਸ ਦੋ ਉਹਨਾਂ 'ਚੋਂ ਡਾਕੂ ਕੌਣ। ਇੱਕ ਹੋਰ ਵੀ ਹੁੰਦਾ ਸਾ ਜੀ, ਚੋਰ ਉਹ ਹੁੰਦਾ ਵੀ ਜਿਹੜਾ ਯਾਨੀ ਬਾਹਰ ਕੰਮ ਕਰਨ ਡਿਆ, ਕਿਸੇ ਹੋਰ ਦੋ ਜਗ੍ਹਾ 'ਤੇ ਕੰਮ ਕਰਨ ਡਿਆ, ਜਿੱਥੇ ਉਹ ਕੰਮ ਕਰਨ ਡਿਆ ਉੱਥੇ ਆ ਵੀ ਗਿਆ ਉਸ ਸ਼ਹਿਰ ਦੇ ਵਿੱਚ, ਆ ਕੇ ਕਵੇ ਦੱਸੇ ਹੀ ਨਾ ਕਿ ਮੈਂ ਆ ਗਿਆ ਵਾਂ, ਅਤੇ ਉਹ 2 ਦਿਨ ਬਾਅਦ ਆਵੇ ਕੰਮ 'ਤੇ, ਉਹ ਵੀ ਚੋਰ ਹੁੰਦਾ। ਅਤੇ ਡਾਕੂ ਮੇਰੇ ਖਿਆਲ ਨਾਲ ਉਹ ਹੁੰਦਾ ਜਿਹੜਾ ਕੰਮ 'ਤੇ ਆਵੇ ਹੀ ਨਾ, ਫੋਨ ਵੀ ਨਾ ਕਰੇ, ਦੱਸੇ ਵੀ ਨਾ, ਅਤੇ ਉਹ ਆ ਕੇ ਕਵੇ ਭਾਅ। ਨਹੀਂ ਚੋਰੀ ਇੱਕ ਹਿਸਾਬ ਦੀ, ਤੂੰ ਇੱਕ ਬੰਦੇ ਨੂੰ ਮਜ਼ਦੂਰ ਨੂੰ ਟਾਈਮ ਲੱਗੇ, ਮੈਂ ਤੈਨੂੰ 1,000 ਰੁਪਇਆ 1 ਘੰਟੇ ਦੀ ਮਜ਼ਦੂਰੀ ਦਿਆਂਗਾ,
ਬਦਨੀਤੀ ਨਾ ਕੱਢੇ ਉਹ 20 ਮਿੰਟ ਦੇ ਉਹਨੇ ਪੈਸੇ ਲਏ ਨੇ ਕਿਉਂਕਿ 1 ਘੰਟੇ ਦਾ 1,000 ਰੁਪਇਆ ਮੁੱਕਿਆ ਠੀਕ ਹੈ ਜੀ ਤੇ ਉਹ ਜਿਹੜੇ 20 ਮਿੰਟ ਆ ਉਹ ਉਸਨੇ ਚੋਰੀ ਕੀਤੇ ਇੱਕ ਹਿਸਾਬ ਦੇ ਇਸੇ ਤਰ੍ਹਾਂ ਬੰਦਾ ਜਿਵੇਂ ਆ ਗਿਆ ਫੈਸਲਾਬਾਦ ਆ ਗਿਆ ਉਹਨੇ ਦੱਸਿਆ ਨੀ ਕਿ ਮੈਂ ਉਸਤਾਦ ਜੀ ਆ ਗਿਆ ਜਾਂ ਨਹੀਂ ਆ ਗਿਆ ਤੇ ਫਿਰ ਉਹ ਚੋਰ ਹੋਇਆ ਨਾ ਅਜੈਕਸ਼ਨ ਮਾਈ ਲਾਰਡ ਉਸਤਾਦ ਜੀ ਡਾਕੂ ਦਾ ਤੇ ਚੋਰ ਦਾ ਬੜਾ ਡਿਫਰੈਂਸ ਆ ਡਾਕੂ ਕੋਈ ਬਾਕਾਇਦਾ ਘੋੜਾ ਹੁੰਦਾ ਉਹਦਾ ਕਾਲੀ ਪ੍ਰੋਪਸ ਹੁੰਦੀ ਉਹਨੇ ਐਂ ਕਰਕੇ ਉਹ ਸਾਫ਼ ਆ ਜਿਹਾ ਉਹ ਜਿਹੜੇ ਤੂੰ ਵੇਖੇ ਨੇ ਉਹ ਹੀ ਆ ਜਿਹੜੇ ਤੁਸੀਂ ਵੇਖੇ ਨੇ ਫਿਲਮਾਂ ਫੁਲਮਾਂ ਡਾਕੂ ਆ ਗਿਆ ਹਾਕੂ ਡਾਕੂ ਹਾਂਜੀ ਉਹ ਤੂੰ ਡਾਕੂ ਦੀ ਤਿਆਰੀ ਨਾ ਧੋ ਕੇ ਆਤਰਬਾਜ਼ੀ ਲਾ ਕੇ ਤੇ ਉਹ ਹੁੰਦਾ ਚੋਰ ਚੋਰ ਸਾਦਾ ਜਿਸ ਤਰ੍ਹਾਂ ਕੈਜੂਅਲ ਕੱਪੜਿਆਂ ਨਹੀਂ ਯਾਰ ਸਾਡਾ ਨਾ ਉਸਤਾਦ ਜੀ ਇੱਕ ਮੇਰਾ ਦੋਸਤ ਸੀਗਾ ਬੜਾ ਅੱਛਾ ਐਕਟਰ ਚੋਰ ਸੀ ਨਹੀਂ ਫਨਕਾਰ ਭਰਾ ਸੀਗਾ ਉਹਦਾ ਨਾਮ ਸੀ ਅਦਰੀਸ ਜੀਵਾ ਕੀ ਅਦਰੀਸ ਜੀਵਾ ਉਹਦਾ ਨਾਮ ਸੀਗਾ ਬੜਾ ਅੱਛਾ ਐਕਟਰ ਸੀਗਾ ਉਸਤਾਦ ਜੀ ਉਦੋਂ ਡਰਾਮਾ ਜਿਹੜਾ ਗੌਰਮੈਂਟ ਨੇ ਪਾਬੰਦੀਆਂ ਲਾਈਆਂ ਸੀਗੀਆਂ ਕਿ ਜ਼ੂਮ ਇੰਨੀ ਗੱਲਾਂ ਨਹੀਂ ਕਰਨੀਆਂ ਸਿੱਧਾ ਸਾਫ਼ ਅੱਛਾ ਡਰਾਮਾ ਲੇਕਿਨ ਉਹ ਡਰਾਮਾ ਕੋਈ ਹੋਰ ਹੀ ਹੋ ਰਿਹਾ ਸੀ ਤਾਂ ਉੱਥੇ ਰੇਡ ਹੋ ਗਿਆ ਅੱਛਾ ਸਾਰੇ ਫਨਕਾਰ ਨੱਸ ਗਏ ਵਿੱਚੋਂ ਕਾਫ਼ੀ ਫਨਕਾਰ ਫੜੇ ਵੀ ਗਏ ਅਤੇ ਦੋ ਫਨਕਾਰ ਐਸੇ ਸੀ ਉਸਤਾਦ ਜੀ ਜਿਹੜੇ ਨੱਸ ਗਏ ਉਹਨਾਂ 'ਚੋਂ ਇੱਕ ਅਦਰੀਸ ਜੀਵਾ ਵੀ ਸੀਗਾ ਉਸਤਾਦ ਜੀ ਅਤੇ ਉਹ ਜਾ ਰਿਹਾ ਗਲੀਆਂ 'ਚ ਇੰਨੀ ਦੂਰ ਚਲਾ ਗਿਆ ਅੱਗੇ ਇੱਕ ਮਹਿਫਲ ਹੋਣ ਡਈ ਹੈ ਅਤੇ ਉਹ ਮਹਿਫਲ ਤੰਬੂ ਚੁੱਕ ਕੇ ਉਹ ਵਿੱਚ ਵੜਿਆ ਗਿਆ ਅਤੇ ਸਾਰਿਆਂ ਨੇ ਫੜ ਲਿਆ ਚੋਰ ਚੋਰ ਪੁਲਿਸ ਵਾਲੇ ਸੱਦੇ ਨੇ ਉਹਨੂੰ ਉਹਨਾਂ ਨੇ ਡਾਲੇ 'ਚ ਭਾਤਾ ਅਤੇ ਜਦੋਂ ਡਾਲੇ 'ਚ ਬੈਠਾ ਅੱਗੇ ਸਾਰੇ ਫਟਕਾਰ ਬੈਠੇ ਸੀਗੇ ਇਹਨਾਂ ਨੇ ਪਨਾਹ ਲੈ ਲਈ ਨਾਲ ਉਹ ਸਹੀ ਸੀ ਇਹਦੇ ਕੀ ਮਤਲਬ ਹੋਇਆ ਗੱਲ ਦਾ ਸਹੀ ਗੱਲ ਦਾ ਮਤਲਬ ਪਤਾ ਕੀ ਡੇਢ ਦੋ ਮਿੰਟ ਨਿਕਲ ਆਉਣਗੇ ਚੋਰੀ ਜਿਹੜੀ ਸਾਜੀ ਜਿਹੜੀ ਨਜਾਇਜ਼ ਪੈ ਜਾਣੀ ਹੈ ਸਾਜੀ ਫਰੀਦ ਨੂੰ ਆਖਿਆ ਡਾਕੂਆਂ ਨੇ ਪਨਾਹ ਲਈ ਤੇ ਬਾਹਰ ਨਿਕਲ ਕੇ ਗੁਰਨੂਰ ਤੋਂ ਡਾਕੂਆਂ ਨੇ ਪਨਾਹ ਲੈ ਲਈ ਫਰੀਦ ਘਰ ਤੇ ਅੱਧਾ ਕਿਲੋ ਲੈਦਾ ਉਹਨਾਂ ਦਾ ਦੁੱਧ ਲਵਾਇਆ ਮੇਰੀ ਗੱਲ ਲੱਗ ਜਾਵੇ ਗੁਜ਼ਾਰਿਸ਼ ਆ ਸੁਣ ਲਓ ਚੱਲ ਬਾਰਾਂ ਸਾਲ ਡਾਕੂ ਆਏ ਪਨਾਹ ਲੈਣ ਇੱਕ ਬੰਦੇ ਨੂੰ ਉਹਨੇ ਅੰਦਰ ਭੇਜਿਆ ਬਾਹਰ ਆ ਕੇ ਕਹਿੰਦਾ ਉਹ ਭਾਈ ਅੰਦਰ ਕਿਸੇ ਨੇ ਪਨਾਹ ਲਈ ਹੋਈ ਪਹਿਲੇ ਮਿੱਠੇ ਘਰ ਡਾਕੂ ਪਨਾਹ ਲੈਣ ਆਏ ਤੇ ਅੰਦਰ ਵੜਦੇ ਬਾਹਰ ਆ ਕਹਿੰਦੇ ਉਹ ਭਾਈ ਇੱਥੇ ਤੇ ਪਹਿਲੇ ਹੀ ਪਨਾਹ ਲੈ ਗਿਆ ਕੋਈ ਇਹ ਗੱਲ ਕਰਦੇ ਤਾਜੀ ਮਿੱਠਾ ਆਪਣੇ ਮਾਮੂ ਨੂੰ ਵੇਖ ਕੇ ਮਾਮੂ ਡਾਕੂ ਅਬਾਸ ਘਰ ਡਾਕੂ ਨੇ ਪਨਾਹ ਲਈ ਤੇ ਬਜ਼ੁਰਗਾਂ ਨੂੰ ਕਹਿੰਦਾ ਤੁਸੀਂ ਵਿਹੜੇ 'ਚ ਪੈ ਜਾਓ ਉਦੋਂ ਡਾਕੂ ਨੇ ਪੈਣਾ ਵਾ ਉਹ ਡਾਕੂ ਜਿਹੜੇ ਮਿੱਠਾ ਕਹਿ ਰਹੇ ਨਾ ਹੁੰਦੇ ਸੀ ਉਹਨਾਂ ਨੇ ਬਰਾਸਾ ਟੈਪ ਬੰਨਿਆ ਹੁੰਦਾ ਸੀ ਆਪਣਾ ਆਪ ਲੁਕੋਇਆ ਕੋਈ ਮਾਸਕ ਮੂਸਕ ਨਹੀਂ ਸੀ ਪੂਰੀ ਪਗੜੀ ਬਣ ਕੇ ਸਿਰਫ ਇੰਨੀਆਂ ਅੱਖਾਂ ਨਜ਼ਰ ਆ ਰਹੀਆਂ ਹੁੰਦੀਆਂ ਸੀ ਬਾਕੀ ਸਾਰੀ ਉਹਨਾਂ ਨੇ ਉਹ ਫਿਰ ਕਾਲੇ ਰੰਗ ਦੀ ਚਾਦਰ ਘੋੜਿਆਂ ਦੇ ਉਹ ਇੱਕ ਦੌਰ ਹੁੰਦਾ ਸੀ ਬਾਕਾਇਦਾ ਤਿਆਰੀ ਹੁੰਦੀ ਸੀ ਫੇਸ਼ੀਅਲ ਕਰਾਉਣਾ ਮਸਾਜ ਕਰਾਉਣਾ ਕਹਿੰਦੇ ਚੋਰ ਦੇ ਹਮੇਸ਼ਾ ਇੱਥੇ ਕਰਕੇ ਹਲਕੇ ਯਾਨੀ ਉਹ ਰਾਤ ਨੂੰ ਜਾਗ ਜਾਗ ਕੇ ਨਾ ਇਹ ਵੀ ਇਲਜ਼ਾਮ ਅਕਸਰ ਲੋਕ ਪਛਾਣ ਲੈਂਦੇ ਹੁੰਦੇ ਸੀ ਜਿਹੜਾ ਬੰਦਾ ਕਹਿੰਦੇ ਨਸ਼ਾ ਕਰਨ ਵਾਲਾ ਨਾ ਉਹਦਾ ਵੀ ਪਤਾ ਲੱਗ ਜਾਂਦਾ ਬੱਚਾ ਸਿਗਰਟ ਪੀਣਾ ਸ਼ੁਰੂ ਕਰਦਾ ਨਾ ਤੇ ਸਮੋਕਰ ਜਿਹੜੇ ਨੇ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਉਹ ਸਿਗਰਟ ਕੱਢ ਕੇ ਅਕਸਰ ਲੋਕ ਕਹਿਣਗੇ ਬੇਟਾ ਪੀ ਲੈ
ਉਹ ਕਹਿਣਗੇ ਚਾਚਾ ਅੰਕਲ ਨਹੀਂ ਪੀਤਾ, ਉਹਨੇ ਕਿਹਾ ਬੇਟਾ ਮੈਂ ਪੀਂਦਾ, ਮੈਨੂੰ ਪਤਾ ਤੂੰ ਪੀਂਦਾ। ਏਦਾਂ ਦੇ ਵੀ ਕਰੈਕਟਰ ਹੋਏ ਨੇ, ਅੱਖਾਂ ਤੇ ਹਲਕੇ ਬਣਨ ਵਾਲੇ ਚੋਰਾਂ ਦਾ ਬੜਾ ਸੋਹਣਾ ਲੋਕਾਂ ਨੇ ਦੱਸਿਆ ਜੀ। ਸ਼ਾਇਦ ਆਹ ਗੱਲ ਲੱਗ ਜਾਵੇ ਮੇਰੀ, ਬਾਸ ਵਾਲੇ ਵੀ ਡਾਕੂ ਆ ਗਏ ਤੇ ਇਹਨੂੰ ਇਹਦੇ ਰਿਸ਼ਤੇਦਾਰਾਂ ਦਾ ਫੋਨ ਆਇਆ, ਉਹ ਚੰਗਾ ਹਾਲ ਚਾਲ ਪੁੱਛ ਕੇ ਕਹਿੰਦਾ ਸੁਣਾ ਡਾਕੂਆਂ ਦੀ ਸੁਣਾ ਕਿੱਦਾਂ। ਆਹੋ ਆਹ ਠੀਕ ਹੈ ਫਰੀਦ ਸਾਹਿਬ ਬਿਮਾ ਡਾਕੂ ਡਾਕੂ ਦਿਮਾਗ ਖਰਾਬ ਯਾਰ ਇਹਦਾ ਘਰ ਡਾਕੂ ਨੇ ਪਨਾਹ ਲਈ, ਡਾਕੂ ਨੂੰ ਗੇਮਾਂ ਤੋਂ ਲੈ ਕੇ ਆਉਣਾ, ਕਹਿੰਦਾ ਮੈਂ ਕਹਿੰਦੀ ਅਗਰ ਰੋਟੀ ਖਾ ਲਓ ਡਾਕੂ ਨੂੰ ਗੇਮਾਂ ਤੋਂ ਫੜ ਕੇ ਲਿਆ ਰਹੇ ਤੇ ਅੱਬੀ ਰਾਤ ਨੂੰ ਫਿਕਰ ਅੰਮੀ ਕਹਿੰਦੀ ਤੁਸੀਂ ਆ ਕੇ ਨਾ ਉਹਨਾਂ ਦਾ ਵੀ ਪਤਾ ਕਰੋ ਤੇਰੇ ਡਾਕੂ ਕਿੱਥੇ ਆ, ਉਹਨਾਂ ਕੋਲ ਘੱਟ ਫੇ ਰਿਹਾ ਕਰੋ ਤੇ ਉਹਨਾਂ ਨੂੰ ਕੱਢਣ ਵਾਸਤੇ ਸਾਰੀਆਂ ਮਹਿੰਗੀਆਂ ਚੀਜ਼ਾਂ ਉਹਨਾਂ ਦੇ ਅੱਗੇ ਅੱਗੇ ਸਿੱਟੀ ਜਾ ਰਹੇ ਹੋ, ਫੇਰ ਨੀ ਤਿਆਰ ਕਰ ਰਹੇ, ਤੁਸੀਂ ਸਿਰਫ ਰਹਿ ਰਹੇ ਬਸ। ਅੰਮੀ ਨੇ ਸਿਰਫ ਸਾਰਿਆਂ ਨੂੰ ਕੁੱਟਿਆ, ਕਹਿੰਦੀ ਤੁਹਾਨੂੰ ਨੀ ਪਤਾ ਡਾਕੂ ਰਾਤੀ ਭੁੱਖੇ ਸੁੱਤੇ। ਰਾਤ ਨੂੰ ਅੱਬਾ ਜੀ ਦਾ ਕਹਿ ਰਹੇ ਓਏ ਆ ਮੇਰਾ ਤੇ ਡਾਕੂਆਂ ਦਾ ਬਿਸਤਰਾ ਕਰ ਦਿਓ। ਮਰਦਮਸ਼ੁਮਾਰੀ ਵਾਲੇ ਫਰੀਦ ਦੇ ਘਰ ਆ ਗਏ ਤੇ ਲਿਖ ਰਹੇ ਨੇ, ਕਿੰਨੇ ਜੀ ਕਰਦੇ ਤੇ ਉਹਨੂੰ ਕਹਿੰਦਾ ਜੀ ਡਾਕੂ ਪਾ ਕੇ ਦੱਸਣੇ ਕਿ ਕੱਢ ਗਏ। ਉਹਨੇ ਕਿਹਾ ਕਿੰਨੇ ਸਾਲ ਹੋ ਗਏ, ਉਹਨੇ ਕਹਾ ਜੀ ਉਹ ਤਾਂ 2.5-3 ਸਾਲ ਆ। ਉਹਨੇ ਕਿਹਾ ਉਹ ਵੀ ਪਾਓ ਵਿੱਚ। ਅਬਾਸ ਘਰ ਡਾਕੂ ਨੇ ਪਨਾਹ ਲਈ ਉਸਤਾਦ ਜੀ, ਇੰਨੇ ਫਰੀ ਹੋ ਗਏ, ਸਕੂਲੇ ਬੱਚੇ ਛੱਡਣਾ ਸੀ, ਇਹ ਕਹਿੰਦਾ ਆਪੂ ਸਕੂਲੇ ਬੱਚੇ ਛੱਡ ਜਾਣੇ, ਕਹਿੰਦਾ ਯਾਰ ਮੈਂ ਕੰਮ ਤੇ ਚੱਲਿਆ ਡਾਕੂ ਛੱਡ ਉਹਨੂੰ, ਉਹ ਕੰਮ ਕਰੇ ਬੇਕਰ। ਇਹਨਾਂ ਦੇ ਘਰ ਵੀ ਡਾਕੂ ਨੇ ਪਨਾਹ ਲਈ ਤੇ ਉਸਤਾਦ ਜੀ ਉਹਨਾਂ ਦੇ ਰੰਬਰਾਂ ਦੇ ਉੱਤੇ ਨਾ ਸੀਮਾਂ ਕਢਾਉਣ ਦੇ ਨੋਨੀ ਦੇ ਘਰ ਡਾਕੂਆਂ ਨੇ ਪਨਾਹ ਲਈ ਤੇ ਉਹਨਾਂ ਨੂੰ ਕਹਿੰਦੇ ਜੇ ਬੋਰ ਹੁਣੇ ਲਿਆਵਾਂ ਲੁੱਡੋ ਘਰ ਜਲਦੀ ਜਾਣ ਦਿਆ ਦੋਸਤ ਨੂੰ, ਕਹਿੰਦਾ ਯਾਰ ਮੈਂ ਲੇਟ ਹੋ ਡਾਕੂਆਂ ਨੇ ਬੋਲਣਾ ਮੈਂ ਮਿੱਠੇ ਘਰ ਡਾਕੂਆਂ ਨੇ ਪਨਾਹ ਲਈ ਤੇ ਅੰਦਰ ਆਪਣੇ 1-2-5 ਨੂੰ ਸੈਟ ਲਾ ਲਾ ਕੇ ਖਿਲਾ ਰਹੇ। ਭਾਜੀ ਇਹਨਾਂ ਘਰ ਡਾਕੂਆਂ ਨੇ ਪਨਾਹ ਲਈ ਤੇ ਸਵੇਰੇ ਉਹਨੂੰ ਕਹਿਣਾ ਟਾਈਮ ਨਾਲ ਠਾ ਲਈ ਡਾਕੂ ਬਾਦਸ਼ਾਹ ਕੰਮ ਤੇ ਜਾਣਾ ਕਹਿੰਦਾ ਡਾਕੂ ਨੂੰ ਕਹਿਣਾ ਜੇ ਤੁਸੀਂ ਗੁੱਸਾ ਨਾ ਕਰੋ ਤੇ ਪੱਕਾ ਤੁਹਾਡਾ ਪੇਰਵਾ ਕਰ ਲਈਏ। ਆਹੋ ਭਾਜੀ 2 ਮਿੰਟ ਪੱਖਾ ਇੱਧਰ ਕਰ ਲਾ। ਮਿੱਠੇ ਘਰ ਡਾਕੂਆਂ ਨੇ ਬਣਾ ਲਈ ਤੇ ਆਏ ਗਏ ਅਲੀਆਂ ਰਸਾਈਆਂ ਕੱਢ ਕੇ ਦੇ ਦਿੰਦੇ ਡਾਕੂਆਂ ਨੂੰ ਕਹਿਣ ਡਿਆ ਵਾ ਸੀ LCD ਲਵਾਈ ਰਿਮੋਟ ਹੁਣ ਤੁਸੀਂ ਆਪਣਾ ਲਿਆਉਣਾ। ਯਾਰ ਡਾਕੂ ਚੱਲੇ ਬਣਾ ਲੈ ਕੇ ਤੇ ਦਾਬਾ ਕਰਿਆ ਦਾਸ ਕਰ ਚੱਲੇ ਬਾਅਦ ਚੋ ਦਾਸ ਕਰ ਚੱਲੇ ਬਾਅਦ ਚੋ ਉਹਨਾਂ ਬਣਾ ਲਏ ਤੇ ਪਿੱਠੇ ਰੋਂਦੇ ਨੇ ਇੱਦਾਂ ਪਿਆਰ ਪਾਰ ਲੈ ਕੁੜਮਾਚਾਰੀ ਕਰ ਲਈ ਘਰ ਬਣਾ ਲਈ ਤੇ ਉਹ ਸਮਝਾਉਣ ਦੇ ਤੁਸੀਂ ਕਿੱਧਰ ਸ਼ਰੀਫ ਕੰਮ ਲੱਗਿਆ ਉਹ ਸਾਡੇ ਨਾਲ ਡਾਕੂ ਮਿੱਠੇ ਨੂੰ ਡਾਕੂ ਲੋਟ ਕੇ ਚੱਲੇ ਤੇ ਉਹਨੂੰ ਪਿੱਛੋਂ ਕਰਨ ਦਿਆ ਬਾ ਏ ਡਾਕੂ ਚੱਲਿਆ ਤੇ GTS ਤੱਕ ਚੜਾਉਣਾ ਇਹ ਸਾਰੇ ਸਾਰੇ ਚੜਾਉਣੇ ਰੋ ਰੋ ਕੇ ਲਗ ਲਾ ਫਿਰ ਹੋਣ ਦੇ ਬਾਏ ਕੀਤਾ ਲੇਕਿਨ ਵਾਧਾ ਪਾ ਕੇ ਤੂੰ ਅੱਛੀ ਕਰ ਇਹਨਾਂ ਘਰ ਡਾਕੂਆਂ ਨੇ ਬਣਾ ਲਈ ਤੇ ਛੋਟਾ ਭਰਾ ਕਹਿੰਦਾ ਡਾਕੂ ਕੀ ਕਹਿਣਗੇ ਦਾਲ ਪਕਾਈਏ। ਆਹੋ ਨੋਨੀ ਨੇ ਇੱਕ ਬੰਦੇ ਦੇ ਪੈਸੇ ਦੇਣੇ ਉਸਤਾਦ ਜੀ, ਉਹ ਅਗਲੇ ਦਿਨ ਕਹਿੰਦਾ ਉਹਨੂੰ ਕਹਿੰਦਾ ਕੱਲ੍ਹ ਨੂੰ ਲੈ ਦਿਓ, ਉਹ ਅਗਲੇ ਦਿਨ ਆਇਆ ਕਹਿੰਦਾ ਯਾਰ ਦੇ ਪੈਸੇ, ਇਹ ਕਹਿੰਦਾ ਤੇਰੀ ਕੱਲ੍ਹ ਆ ਮੈਂ ਤਾਂ ਸੁੱਕਾ ਹੀ ਨਹੀਂ।
ਮੈਂ ਸੌਂਗਾ ਤੇ ਉੱਠ ਕੇ ਕਰ ਲਊ। ਇਹਨਾਂ ਦੇ ਘਰ ਡਾਕੂ ਨੇ ਪਨਾਹ ਲਈ, ਇਹਦਾ ਆਪਾਂ ਵਾਸ਼ਰੂਮ ਚ ਕਹਿਣਾ ਡਾਕੂ ਬੇਟਾ ਮੋਟਰ ਚਲਾਉਣਾ ਡਾਕੂ ਵੀਰੇ ਨੂੰ ਦੋ ਮਿੰਟ ਬਾਰਾਂ ਗਲੀ ਦਾ ਚੱਕਰ ਲਵਾ ਲਿਆ ਡਾਕੂ ਨੂੰ ਕਰ ਰਹੇ ਜਾ ਕੇ ਪਤਾ ਨੀ ਕਿਹੜੇ ਪਿੰਡ ਦਾ ਵਾ ਗਿਆ ਜਿਹੜਾ ਡਾਕੂ ਪੜਿਆ ਗਿਆ ਉਹਨਾਂ ਨੇ ਸਲਵਾਰ ਦਾ ਨਾਲਾ ਕੱਢ ਕੇ ਨਾ ਫੁੱਲ ਸਰਦੀ ਠਿੱਠਰ ਦੀ ਰਾਤ ਚ ਉਹ ਹੱਥ ਪੈਰ ਬੰਨ ਕੇ ਤੇ ਫਸਲਾਂ ਸੁੱਟ ਦਿੰਦੇ ਲੁੱਟ ਕੇ ਰਾਤ ਬੰਦਾ ਜਿਹੜਾ ਵਾ ਉਹ ਫਸਲਾਂ ਦੇ ਵਿੱਚ ਉੱਤੋਂ ਧੁੰਦ ਤੇ ਉਹ ਕੀ ਤਰੇੜ ਦੇ ਨਾਲ ਕੀ ਹਾਲ ਹੋਵੇ ਉਹ ਬੰਦਾ ਹਿੱਲ ਵੀ ਨੀ ਸਕਦਾ ਉੱਥੋਂ ਐਸਾ ਬੁਰਾ ਕੰਮ ਕਰਦੇ ਯਾਰ। ਮੈਂ ਦੱਸਿਆ ਉਸ ਤਾਈ ਜਿਹੜੀ ਗੱਡੀ ਲੁੱਟੀ ਮੁੰਡੇ ਨੇ ਨਵੇਂ ਬੂਟ ਲਏ ਵਿਚਾਰੇ ਨੇ ਬੂਟਾਂ 'ਚ ਪੈਸੇ ਲੁਕੋ ਲਏ ਫਰੀਦ ਸਾਰੀ ਗੱਡੀ ਦੀ ਉਹਨਾਂ ਨੇ ਤਲਾਸ਼ੀ ਲੈ ਲਈ ਉਹਦੇ ਕੋਲ ਪੈਸੇ ਨਹੀਂ ਹੈ ਉਹਨੂੰ ਕਹਿੰਦੇ ਉਹਦੇ ਕੋਲ ਪੈਸੇ ਨਹੀਂ ਹੈ ਕਹਿੰਦੇ ਉਹਦੇ ਬੂਟ ਲਵਾ ਲੈ ਉਹਦੇ ਬੂਟ ਲਵਾ ਲੈ ਬੂਟ ਵੀ ਗਏ ਪੈਸੇ ਵੀ ਗਏ ਇਹਨਾਂ ਘਰ ਡਾਕੂ ਨੇ ਇੰਨੀ ਪਨਾਹ ਲਈ ਇਹ ਤਾਂ ਆਪਾਂ ਕਹਿੰਦਾ ਤੁਸੀਂ ਦੰਦੇ ਕੁਛ ਨੀ ਉਹਨੇ ਘਰ ਚ ਹੀ ਲੈਦਾ ਕਰਤੇ ਆਪਣੀ ਪਕਾਓ ਭਾਈ ਲੈ ਡਾਕੂ ਇਹਨਾਂ ਦੇ ਘਰ ਬਣਾ ਲਈ ਤੇ ਡਾਕੂ ਨੂੰ ਕਹਿੰਦੇ ਮਿੱਠੇ ਮਾੜਾ ਇਹਨੂੰ ਤੱਕਿਆ ਪਿੰਨੀਆਂ ਹੀ ਮਾਰ ਲਈ ਯਾਰ ਪਰ ਤਖਤੀ ਲਾਈ ਆਸ਼ੀਆ ਨੇ ਡਾਕੂ ਆਪਣੇ ਮਿੱਠੇ ਦੇ ਘਰ ਡਾਕੂ ਆਏ ਤੇ ਮਿੱਠਾ ਘਰ ਚਲੇ ਗਿਆ ਫੋਨ ਕਰਨ ਆ ਭਾਜੀ ਕੋਈ ਲਿਆਉਣਾ ਤੇ ਨਹੀਂ ਡਾਕੂ ਨੇ ਪਨਾਹ ਲਈ ਤੇ ਉਦਨ ਹੀ ਕਰਿਆਨੇ ਆਗਾ ਨੀਲ ਖਾਤਾ ਕਹਿੰਦਾ ਬਾਬਾ ਜੀ ਯਾਰ ਡਾਕੂ ਨੇ ਪਨਾਹ ਲਈ ਐਂਡ ਤੇ ਮਹੀਨੇ ਦੇ ਅੜਦੇ ਨੇ ਬਿੱਲ ਦਾ ਰੌਲਾ ਪਾਇਆ ਡਾਕੂ ਮੇਰਾ ਬੇਟਾ ਭੈਣਾ ਹੋ ਕੇ ਡਾਕੂ ਬਣੇਗਾ ਇਹਦਾ ਵੀ ਭਤੀਜਾ ਹੋਇਆ ਤੇ ਡਾਕੂ ਨੂੰ ਕਹਿਣ ਦਿਆ ਭਾਜੀ ਗੁੜਤੀ ਦੇ ਦੇ ਐਡੀ ਮੋਟੀ ਸੋਟੀ ਸੀ ਸਤਾਜੀ ਕਿਸੇ ਨੂੰ ਪਤਾ ਵੀ ਉਹ ਸੋਟੀ ਅੱਗੋਂ ਖੋਲ ਕੇ ਗੰਨ ਬਣ ਜਾਂਦੀ ਸੀ ਮਾਈ ਕੋਲ ਕਾਂਟੇ ਲੈ ਕੇ ਬੰਦੇ ਦੌੜੇ ਆ ਮਾਈ ਨੇ ਪਿੱਛੋਂ ਐ ਕੀਤਾ ਵਾ ਐ ਖੋਲੀ ਐਜਿਕ ਵੈਕਸੀਨ ਕੇ ਫਿਰ ਸਾਡੀ ਐਸੇ ਤਰ੍ਹਾਂ ਪੱਕੇ ਗੋਜਰੀ ਦੀ ਗੱਲ ਹੈ ਗੋਜਰੇ ਤੋਂ ਅੱਗੇ ਥੋੜਾ ਜਿਹਾ ਇੱਕ ਮਿੰਟ ਬੈਸਲ ਭਾਈ ਆ ਪੈ ਫੜ ਲੈ ਵਾਰੀ ਤੇਰੀ ਵੀ ਹੋਣੀ ਚੱਲ ਯਾਰ ਤੂੰ ਇਹ ਗੱਲ ਕਰ ਦੀ ਕੀ ਜ਼ਰੂਰਤ ਆ ਬਾਬਾ ਸਿਗਰਟ ਪੀ ਰਿਹਾ ਇੱਕ ਓਏ ਹਲ ਉਹਨੇ ਸਿਗਰਟ ਲਾਇਆ ਵਾ ਸਿਗਰਟ ਪੀ ਰਿਹਾ ਡਾਕੂ ਨੇ ਅੱਗੇ ਬਾਬਾ ਜੀ ਕੱਢ ਦਿਓ ਜੋ ਕੁਛ ਹੈਗਾ ਆਦੀ ਆਦੀ ਵੀ ਚਾਬੀ ਦੇ ਦਿਓ ਆ ਟਰੰਕ ਦੀ ਚਾਬੀ ਵੀ ਦੇ ਦਿਓ ਬਾਬੇ ਨੇ ਨਾ ਸਿਗਰਟ ਸੁੱਟਿਆ ਉਹਨੇ ਕਿਹਾ ਪੁੱਤ ਅੱਛਾ ਚਲੋ ਹਾਲੇ ਸਿਗਰਟ ਲਾਇਆ ਹੀ ਸੀ ਉਹਨੇ ਸਿਗਰਟ ਸੁੱਟਿਆ ਵਾ ਸਿਗਰਟ ਸੁੱਟ ਕੇ ਅੰਦਰ ਗਿਆ ਵਾ
ਸਿਗਰ ਚ ਬੰਬ ਸੀ ਪਿੱਛੋਂ ਚੱਲ ਕੇ ਡਾਕੂ ਮਰ ਵੱਡੇ ਨੇ ਕੀ ਕਹਿਣਾ ਚਲੋ ਇਹ ਕਿਹੜਾ ਉਸਤਾਦ ਜੀ ਸਿਗਰ ਡਾਕੂ ਸੀਗਾ ਤੁਸੀਂ ਇਹ ਗੱਲ ਕਰਦੇ ਮੈਨੂੰ ਪੈਣੀ ਹੀ ਪੈਣੀ ਮੈਂ ਸਹੀ ਵੀ ਸੁਣਾਤੀ ਮੈਨੂੰ ਮਾਰ ਨਹੀਂ ਮਾਰਨਾ ਤੁਸੀਂ ਇਹ ਗੱਲ ਕਰਦੇ ਦੱਸੋ ਫੈਸਲ ਭਾਈ ਕੀ ਹੋਇਆ ਉਸਤਾਦ ਜੀ ਪਤਾ ਇੱਕ ਅੱਲਾ ਮਾਫੀ ਦਾ ਕਹਿਣਾ ਜੀ ਤਾਂ ਕਮ ਸੇ ਕਮ 95-96 ਸਾਲ ਉਹਦੀ ਏਜ ਵਿਸਾਖੀਆਂ ਦੇ ਨਾਲ ਵਿਚਾਰਾ ਜਾਣ ਡਿਆ ਟੁਰਿਆ ਨਹੀਂ ਜਾਂਦਾ ਸਾਹਿਬ ਹੁਣ ਡਾਕੂ ਪੈ ਗਏ ਉਹ ਜ਼ੇਵਰ ਜ਼ੁਬਰ ਲਵਾ ਲਿਆ ਉਹ ਚੈਨ ਪਾਈ ਹੋਈ ਸੀ ਮੋਟੀ ਅੱਗੋਂ ਮੈਨੂੰ ਚੇਤ ਭੁੱਲ ਗਿਆ ਵਿਸਾਖੀਆਂ ਚੋਂ ਵਿਸਾਖੀਆਂ ਦੇ ਨਾਲ ਕੁਛ ਹੈਗਾ ਸੀ ਕੁਛ ਜ਼ੇਵਰ ਲਵਾ ਲਿਆ ਵਿਚਾਰੇ ਨੇ ਉਹਨਾਂ ਚੈਨ ਪਾਈ ਸੀ ਮੁੰਡੇ ਮੁੰਡਿਆਂ ਨੇ ਬਾਹਰ ਨਾ ਬਾਹਰੋਂ ਚੈਨ ਭੇਜੀ ਸੀ ਉਹਨੇ ਸੋਨੇ ਦੀ ਚੈਨ ਪਾਈ ਸੀਗੀ ਨਾਲ ਉਹਦੇ ਕੋਲ ਪੈਸੇ ਪੂਸੇ ਵੀ ਹੈ ਸਨ ਮੋਬਾਈਲ ਵੀ ਸੀ ਛਾਪ ਵੀ ਪਈ ਸੀ ਅੰਗੂਠੀ ਸੋਨੇ ਦੀ ਸਾਹੀ ਡਾਕੂ ਲੁੱਟ ਕੇ ਲੈ ਗਏ ਅਤੇ ਉਹ ਜਿਹੜੀਆਂ ਬਾਬੇ ਨੇ ਵਿਸਾਖੀਆਂ ਨਹੀਂ ਫੜੀਆਂ ਉਹਨੂੰ ਧੱਕਾ ਮਾਰ ਕੇ ਉਹਨੂੰ ਨਹੀਂ 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 ਵਿਸਾਖੀਆਂ ਸਾਹੀ ਮੈਂ ਚਲਾਈਆਂ ਨਹੀਂ ਹੈ ਵਿਸਾਖੀਆਂ ਤੁਸੀਂ ਸਮਝਿਆ ਕਿ ਵਿਸਾਖੀਆਂ 'ਚੋਂ ਫਾਇਰ ਆਵਾਂਗੇ ਨਹੀਂ ਵਿਸਾਖੀਆਂ ਇਹਨਾਂ ਨੇ ਚਲਾਈਆਂ ਆਹੋ ਅਤੇ ਮੇਰੀ ਕਿਹੜਾ ਸਹੀ ਵੱਜੀ ਉੱਥੋਂ ਫਿਰ ਉਸਤਾਦ ਜੀ ਪੁਲਿਸ ਆ ਗਈ ਅੱਛਾ ਉਹਨੇ ਕਿਹਾ ਉਹ ਜਾਣ ਡੇ ਉਹਨਾਂ ਨੂੰ ਫਿਰ ਅੱਗੇ ਜਾ ਕੇ ਪੜੇ ਅਤੇ ਵਿਸਾਖੀਆਂ ਵਿਸਾਖੀਆਂ ਤਾਂ ਬਹੁਤ ਅੱਡੇ ਵਿਸਾਖੀਆਂ ਤੋਂ ਫਾਇਰ ਨਿਕਲਦਾ ਭਲਾ ਭਾਜੀ ਨਾ ਉਹਨੇ ਮਾਈ ਦੀ ਸੋਟੀ ਚੋਂ ਨਿਕਲ ਸਕਦਾ ਬਾਬਾ ਮਰਦ ਹੁੰਦਾ ਉਹਦੀ ਵਿਸਾਖੀ ਚੋਂ ਨਹੀਂ ਨਿਕਲ ਸਕਦਾ ਮੇਰਾ ਸਿਗਰਟ ਬੰਬ ਬਣ ਸਕਦਾ ਉਹਦੀਆਂ ਵਿਸਾਖੀਆਂ ਛੱਡ ਗਈਆਂ ਤੂੰ 10 ਮਿੰਟ ਸਾਡੇ ਵਿਸਾਖੀਆਂ 'ਤੇ ਐਵੇਂ ਸਾਇਆ ਕਰਤੇ ਜਾਂ ਤਾਂ ਵਿਸਾਖੀਆਂ 'ਚ ਪਾ ਗੋਲੀ ਅਤੇ ਜਾਂ ਫਿਰ ਚਿੱਦਰ ਚਿੱਦਰ ਖਾਈ ਜਾ ਉਹ ਡਿਸਪਰਾਟੋ ਫਿਲਮ ਦੇ ਵਿੱਚ ਉਹ ਕਰਦਾ ਗਿਟਾਰ ਹਾਂ ਦੇਖਿਆ ਉਹਨੇ ਗਿਟਾਰ ਸਿੱਧੀ ਕਰਦਾ ਜਦੋਂ ਉਸਤਾਦ ਜੀ ਢੋਲਣ ਪਿੰਡ ਦੇ ਵਿੱਚੋਂ ਬਾਬਾ ਮੇਲੇ 'ਚੋਂ ਆਉਣ ਡਿਆ ਬਾਬੇ ਨੇ ਸੋਹਣਾ ਕੁੱਲਾ ਸਿਰ 'ਤੇ ਪਾਇਆ ਹੋਇਆ ਓਕੇ ਰਾਜ ਪੈ ਗਏ ਡਾਕੂ ਉਸਤਾਦ ਜੀ ਓਕੇ ਬਾਬੇ ਦੇ ਕੋਲੋਂ ਨਕਦੀ 35,000 ਰੁਪਇਆ ਨਿਕਲਿਆ ਬਾਬੇ ਨੇ ਕੜਾ ਪਾਇਆ ਸੀ ਸੋਨੇ ਦਾ ਮੁੰਡੇ ਨੇ ਲਿਆ ਕੇ ਦਿੱਤਾ ਸੀ ਸਾਊਦੀਆ ਤੋਂ ਓਕੇ ਬਾਬੇ ਨੇ ਸਾਊਦੀਆ ਕਿਹੜੀ ਦੁਕਾਨ ਤੋਂ ਉਹ ਲੱਖ ਲੈਣ ਰੰਗ ਕਰਨੀ ਤੂੰ ਦੁਕਾਨ ਪੱਕ ਗਿਆ ਜੂਲਰ ਵਾਲੇ ਉਹ ਡਾਕੂ ਨੇ ਜੀ ਕਰਕੇ ਬਾਬਾ ਜੋਗ ਕੱਢਦੇ ਉਸਤਾਦ ਜੀ ਬਾਬੇ ਨੇ ਪੱਗ ਚੁੱਕੀ ਵਿਚਾਰਨਿਆਂ ਜੀ ਕਰਕੇ ਕਹਿੰਦਾ ਯਾਰ ਮੇਰੀ ਪੱਗ ਤੁਹਾਡੇ ਪੈਰੀ ਹੈ ਪੁੱਤਰ ਇਹਦਾ ਮਾਣ ਰੱਖ ਲਓ ਤੁਹਾਡੀ ਮਿਹਰਬਾਨੀ ਯਕੀਨ ਮੈਨੂੰ 30 ਸਕਿੰਟਾਂ 'ਚ ਇੰਜ ਕਰਕੇ ਪੱਗ ਚੱਲੀ ਟਾ ਪੱਗ ਦੇ ਵਿੱਚ ਬੰਬ ਸੀ ਉਸਤਾਦ ਜੀ ਇੱਕ ਮਿੰਟ ਫੱਟ ਝੂਠ ਬੋਲਣੇ ਸਾਡੇ ਜੈਨ ਮੰਨੇ ਮਤਲਬ ਤੇਰੇ ਹਿਸਾਬ ਨਾਲ ਅਸੀਂ ਸਿਆਣੇ ਪੈਣੇ ਬੰਦੇ ਬਕਵਾਸ ਕਰਨੇ ਤੂੰ ਜੈਨ ਮੰਨ ਸੁਣਾਏਗਾ ਮੈਂ ਵੈਸੇ ਗੱਲ ਜੈਨ ਮੰਨ ਤੂੰ ਸੁਣਾ ਰਿਹਾ ਅਸੀਂ ਝੂਠ ਬੋਲ ਰਹੇ ਜੈਨ ਮੰਨ ਨਾ ਕਹਿ ਤੂੰ ਵੀ ਓਦਾਂ ਹੀ ਸੁਣਾ ਜਿਵੇਂ ਅਸੀਂ ਸੁਣਾਏ ਸਾਡੇ ਬਾਬੇ ਮਾਈਆਂ ਪਾਗਲ ਆ ਚੱਲ ਓਦਾਂ ਹੀ ਸੁਣਾ ਵਾਕਿਆ ਸ਼ੁਰੂ ਕਰ ਬਰਾਬਰ ਤੇ ਲਿਆ ਕੇ ਨਾ ਉਹਨੇ ਕਿਹਾ ਇੰਜ ਕਰਕੇ ਉਹਨੇ ਕਿਹਾ ਜੋ ਕੁਛ ਵੀ ਕੱਢ ਦੇ ਫੋਰਨ ਮੋਬਾਈਲ ਫੜਾ ਇੱਕ ਹੱਥ ਨਾਲ ਮੋਬਾਈਲ ਦੋ ਜਣੇ ਸੀ ਉਹਨੇ ਇੰਜ ਫੜਿਆ ਉਹਨੇ ਕਿਹਾ ਪਰਸ ਵੀ ਫੜਾ ਸਾਜੀ ਉਹਨੇ ਇੰਜ ਪਰਸ ਫੜਾਇਆ ਪਰਸ ਉਹਨੇ ਇੰਜ ਫੜਾ ਕੇ ਤੇ ਉਹਨੇ ਕਿਹਾ ਭਾਜੀ ਆ ਵੇਖ ਲਓ ਸਾਰਾ ਕੁਛ ਪਰਸ ਉਹਨੇ ਫੜਾ ਬੰਦਾ ਇੱਕ ਜਾ ਰਿਹਾ ਸੀ
ਅੱਛਾ ਉਸਤਾਦ ਜੀ, ਇਹਨੇ ਕੀ ਪਰਸਾਂ ਵਾਲੀ ਗੱਲ ਸੁਣਾਉਣੀ ਆ। ਉਹ ਬਟੂਆ ਸੀ, ਚਾਰ ਡਾਕੂ ਇੰਜ ਉਹਨੂੰ ਘੇਰਾ ਉਹਨਾਂ ਨੇ ਪਾ ਲਿਆ। ਉਹਨੇ ਕਿਹਾ ਕੱਢ ਦੇ ਜੋ ਕੁਛ ਹੈਗਾ। ਉਹਨੇ ਹਿਸਾਬ ਨਾਲ ਉਹਨੇ ਕਿਹਾ ਜੀ, ਉਹਨੇ ਕਿਹਾ ਬਟੂਆ ਮੋਬਾਈਲ ਚਾਬੀ ਜੋ ਵੀ ਹੈਗਾ ਕੱਢ ਦੇ। ਉਹਨੇ ਉਸਤਾਦ ਜੀ ਇੰਜ ਬਟੂਆ ਕੱਢਿਆ ਵਾ, ਬਟੂਆ ਕੱਢ ਕੇ ਪਾਇਆ। ਉਹਨੇ ਕਿਹਾ ਜੀ ਆਹ ਦੇਖ ਲਓ, ਇਹਦੇ ਵਿੱਚ ਕੁਛ ਨਹੀਂ ਹੈਗਾ। ਉਹਨੇ ਇੰਜ ਕੀਤਾ ਵਾ, ਅੱਗੋਂ 2.5-3 ਲੱਖ ਸ਼ਹਿਦ ਦੀ ਮੱਖੀ ਉਹਨਾਂ ਨੂੰ ਪਈ ਬਟੂਏ 'ਚੋਂ। ਦੂਰੋਂ ਵੇਖਿਆ ਮਾਈ ਨੂੰ ਲੁੱਟਣ ਦਿਆ ਡਾਕੂ, ਉਹਦੇ ਹੱਥ ਚ ਨਾ ਉਹ ਬੋਕਰ ਦਾ ਤੀਲਾ ਸੀ। ਉਹਨੇ ਪਾਈ ਨਿੰਮ ਨੀ ਹੁੰਦੀ ਨਿੰਮ, ਉਹਦੇ ਉੱਤੋਂ ਘਰਧੋਣਾ ਲਾਇਆ ਉਹਨੇ, ਉਹਦੇ ਉੱਤੇ ਲਾਇਆ ਉਹਨੇ ਤਾਜੀ ਐ ਮਾਰਿਆ। ਸੜਕ ਪਾਟ ਗਈ, ਮਾਈ ਬਚ ਗਈ, ਇੱਧਰ ਸੜਕ ਵਿੱਚ ਦੋ ਟੁੱਟੇ ਵੈਸੇ ਦਲਦਲ ਹੋਣੀ ਆ। ਕੀ ਸੜਕ ਪਾਟ ਕੀ ਕਹਿੰਦਾ? ਬਾਕੀ ਉਹਦੀ ਮਾਰ ਵਾਲੀ ਗੱਲ ਨੀ ਸੀ ਮੈਨੂੰ ਮੱਕੀ ਉਹਨੇ ਯਾਦ ਕਰਾਇਆ ਕਿ ਤੀਲੇ ਦੇ ਅੱਗੇ ਤਰਕੋਣਾ ਪਾ ਕੁਛ ਤੇ ਉਹ ਭਾਰਾ ਜਾਗਦਾ ਸੀ, ਉਹ ਬਹੁਤ ਭੈੜਾ ਵੱਜਦਾ ਸੀ। ਪਤਾ ਕੀ ਉਹ ਜਦੋਂ ਪਿੱਛੇ ਆਉਂਦਾ ਨਾ ਤਾਂ ਇੱਕ ਵਾਕਿਆ ਮੈਂ ਸੁਣਾਉਣਾ। ਇੱਕ ਮਿੰਟ ਆ ਜਾ ਤੂੰ ਪਹਿਲੇ ਖਾ ਸੁਣਾ। ਪਤਾ ਕੀ ਯਾਰ, ਮੈਂ ਮੁੜ ਕੇ ਪਤਾ ਨੀ ਬਾਅਦ ਚ ਟਾਈਮ ਮਿਲੇ ਨਾ ਮਿਲੇ, ਚੱਲ ਤੇਰੇ ਵਾਲਾ ਹੁਣ ਸਾਡੇ ਵਾਲਾ ਹੁਣ ਤੇਰਾ ਇੱਕ ਵਾਕਿਆ ਹੋ ਗਿਆ। ਉਧਰ ਗੁੱਡਾ ਜਾਣ ਡਿਆ ਸਿੱਖ, ਉਹਨੇ ਗੁੱਡਾ ਡੋਰਾ ਤੋਂ ਫੜਿਆ, ਗੁੱਡਾ ਲਾਇਆ, ਉਹਨੂੰ ਪਾੜਿਆ, ਉਹਦਾ ਇੱਕ ਉਹਨੇ ਤੀਰ ਅੰਦਾਜ਼ ਬਣਾਇਆ। ਉਹਨੇ ਏਦਾਂ ਕਰਕੇ ਮਾਰਿਆ ਤੀਰ, ਗੁੱਡੇ ਦਾ ਤੀਲੇ ਤੋੜ ਕੇ ਨਾ ਉਹਨੇ ਤੀਰ ਮਾਰਿਆ, ਉਹ ਬੰਦੇ ਤੇ ਵੱਜਿਆ ਇੱਥੇ। ਉਹ ਏਦਾਂ ਹੀ ਗਿਆ 37-38 ਕਿਲੋਮੀਟਰ ਇਧਰੋਂ ਬਾਹਰ ਨਿਕਲਿਆ, ਨਹੀਂ ਬੰਦੇ ਨੂੰ ਵੀ ਨਾਲ ਲੈ ਗਿਆ ਤੀਲਾ। ਅੱਛਾ, ਬੜੀ ਦੂਰ ਜਾ ਕੇ ਸਿੱਟਿਆ, ਉਹ ਸਿੱਟਿਆ ਵੀ ਥਾਣੇ ਦੇ ਬੂਹੇ ਕੇ, ਉਧਰੋਂ ਹੀ ਉਹਨਾਂ ਨੇ ਫੜ ਕੇ ਕਿਹਾ ਤੈਨੂੰ ਫਲਾਵਾਂ ਦੇ ਨੇ ਮਾਰਿਆ, ਇੱਧਰ ਅੰਦਰ ਆਇਆ। ਏਦਾਂ ਯਾਰ ਆ ਤਾਂ ਤੁਸੀਂ ਚਮਨਾ ਹੀ ਮਾਰਦੇ ਪਏ ਯਾਰ, ਨਾ ਕਰਿਆ ਕਰੋ ਆ ਜੀ ਯਾਰ। ਤੁਸੀਂ ਇਹ ਵੇਖੋ ਬੈਠੇ ਕਿੱਥੇ ਹੋਏ ਹੋ ਅੱਗੇ, ਰੀਜ਼ਨੇਬਲ ਲੋਕ ਵੱਡੇ ਉਸਤਾਦ ਜੀ। ਇੱਕ ਮਾਈ ਬਾਬਾ ਸੀ, ਉਹਨਾਂ ਦੀ ਬੜੀ ਮੁਹੱਬਤ ਸੀਗੀ, ਇੰਨੀ ਕੁ ਇੰਨੀ ਕੁ ਨਾ ਬਹੁਤ ਹੀ ਮੁਹੱਬਤ ਸੀ, ਇੱਕ ਦੂਸਰੇ ਤੋਂ ਬਗੈਰ ਰਹਿ ਨਹੀਂ ਸਕਦੇ। ਬਾਬੇ ਨੂੰ ਨਾ ਵਾਹ ਕਰ ਲਿਆ, ਕਿਡਨੈਪ, ਹਾਂ ਕਿਡਨੈਪ ਕਰ ਲਿਆ ਤੇ ਤਵਾਨ ਮੰਗਿਆ ਉਹਦੇ ਕੋਲੋਂ, ਮਾਈ ਕੋਲੋਂ, ਕਿ ਵੀ 1,00,000 ਰੁਪਏ ਦੇ ਦੇ ਤੇ ਬਾਬਾ ਲੈ। ਪੁਲਿਸ ਨੂੰ ਨਾ ਦੱਸੀ, ਹੁਣ ਮਾਈ ਕਹਿੰਦੀ ਮੈਂ ਪੁਲਿਸ ਨੂੰ ਨਹੀਂ ਦੱਸਣਾ। ਪੁਲਿਸ ਵਾਲਿਆਂ ਨੇ ਕਿਹਾ ਤੇ ਸਾਡੀ ਹੈਲਪ ਲੱਗੇ, ਨਹੀਂ ਮੈਨੂੰ ਕੋਈ ਜ਼ਰੂਰਤ ਨਹੀਂ ਤੁਹਾਡੀ, ਠੀਕ ਹੈ। ਇੱਕ ਉਸਤਾਦ ਜੀ ਬਾਹਰੋਂ ਬੰਦਾ ਆਇਆ ਸੀਗਾ, ਉਹ ਅਮਨ ਨੂੰ ਕਹਿੰਦਾ, ਕਹਿੰਦਾ ਤੁਸੀਂ ਜਾ ਰਹੇ ਹੋ ਆਪਣੇ ਖਾਮਦ ਨੂੰ ਲੈਣ, ਲਿਹਾਜ਼ਾ ਮੈਂ ਤੁਹਾਡੀ ਹੈਲਪ ਕਰ ਸਕਦਾ ਵਾ, ਮੈਂ ਤੁਹਾਡੇ ਨਾਲ ਜਾਣਾ। ਕਹਿੰਦੀ ਨਾਲ ਨਹੀਂ, ਮੈਂ ਤੈਨੂੰ ਲੈ ਕੇ ਜਾਣਾ। ਕਹਿੰਦਾ ਚਲੋ ਫਿਰ ਮੈਂ ਤੁਹਾਡੀ ਹੈਲਪ ਕਰਨਾ, ਇਹ ਬੈਗ ਹੈਗਾ, ਇੱਕ ਬੈਗ ਲੈ ਲਓ। ਉਹ ਮਾਈ ਨੇ ਬੈਗ ਖੋਲਿਆ, ਇੱਕ ਵਿੱਚ ਮੱਛੀ ਸੀਗੀ, ਕਹਿੰਦਾ ਮੱਛੀ ਤੁਸੀਂ ਖਾਓਗੇ ਜਿੱਥੇ ਮਰਜ਼ੀ ਸਿੱਟੋਗੇ, ਠੀਕ ਹੈ। ਫਿਰ ਬੂਟ ਸੀਗੇ ਚਿਮੜਨ ਵਾਲੇ, ਮੈਂ ਵੀ ਸੁਣਿਆ ਵਾਕਿਆ, ਦੀਵਾਰ ਤੋਂ ਚੜ੍ਹਨ ਵਾਲੇ ਬੂਟ, ਦੀਵਾਰ ਤੋਂ ਚੜ੍ਹਨ ਵਾਲੇ ਬੂਟ ਸੀਗੇ। ਉਹ ਗੱਡੀ ਵੀ ਉਹਨੂੰ ਦਿੱਤੀ ਉਹ ਏਦਾਂ ਵਾਲੀ, ਆਹੋ ਜਹਾਜ਼ ਦੇ ਵਿੱਚ ਸਫ਼ਰ ਕਰਦੀ ਸੀ। ਉਹਨੂੰ ਪਾਈ ਜਹਾਜ਼ ਦੇ ਵਿੱਚ ਹੀ ਇੱਕ ਡਾਕੂ ਨੇ ਘੇਰ ਲਿਆ,
ਕਿਡਨੈਪ ਕਰ ਲਿਆ, ਕਿਡਨੈਪ ਕਰ ਲਿਆ ਉਹਨੂੰ ਭਾਈ ਕਹਿੰਦੇ ਫੋਨ ਕਰ, ਉਹ ਭਾਈ ਮਾਈ ਨੇ ਆਪਣੇ ਮੁੰਡੇ ਨੂੰ ਫੋਨ ਕੀਤਾ ਜਹਾਜ਼ ਚੋਂ, ਹਾਂ ਸ਼ੁਰੂ ਹੋ ਜਾਓ ਜਹਾਜ਼ ਚੋਂ ਫੋਨ ਨਹੀਂ ਹੁੰਦਾ, ਇਹ ਸ਼ੁਰੂ ਹੋ ਜਾਏ ਇੱਥੋਂ ਹੀ ਸ਼ੁਰੂ ਹੋ ਜਾਓ, ਉਹ ਹੋ ਜਾਂਦਾ ਵਾ ਯਾਰ ਗੱਲ ਸੁਣ ਲਿਆ ਨਾ, ਗੱਲ ਨਾ ਤੋੜਿਆ ਕਰੋ ਵਿੱਚ, ਉਹਨੂੰ ਪਤਾ ਸੀ ਨਾ 7 ਵਜੇ ਫਲਾਈਟ ਨਿਕਲਣੀ ਆ, 9 ਵਜੇ ਉਹਨੇ ਦੱਸਿਆ ਸੀਗਾ ਸਾਰਾ ਤਾਂ ਜੀ, ਉਹਨੇ ਉਹ ਜਿਹੜਾ ਇੱਦਾਂ ਨੀ ਪੱਖਾ ਛੱਡਦੇ ਤਾਂ ਜੀ, ਉਹਨੇ ਛੱਡਿਆ ਉਹ ਜਹਾਜ਼ ਦੇ ਵਿੱਚ ਵੱਜਾ, ਜਹਾਜ਼ ਸਿੱਧਾ ਹੀ ਜੜਾਂ ਵਾਲੇ, ਉਹ ਆਪਣੀ ਅੰਮੀ ਨੂੰ ਬਚਾ ਲਿਆ ਸੀ ਉਹਨੇ ਤਾਂ ਜੀ, ਇਹ ਮਾਰਨੀ ਨੀ ਬਣਦੀ ਤੂੰ ਉਹ ਦੇਖ ਪੱਖਾ ਛੱਡ ਐਂ ਚੈੱਕ ਕਰ, ਤੂੰ ਇਹਦੇ ਤੇ ਨੀ ਬਣਦਾ, ਮਾਰ ਨੀ ਬਣਦਾ, ਹਾਂ ਸਹੀ ਗੱਲ, ਮਾਰ ਨਹੀਂ ਮਰ ਗਿਆ ਤੇ ਹੁਣ ਉਹਨਾਂ ਨੇ ਉਹ ਮੁੰਡਾ ਜਿਹੜਾ ਪੁਲੀ ਤੇ ਸੁੱਟ ਦਿੱਤਾ, ਮਾਰ ਕੇ ਘਰ ਵਾਲਿਆਂ ਨੇ ਸੁੱਟ ਦਿੱਤਾ, ਉਹ ਹੁਣ ਡਕੈਤ ਦੌੜ ਗਏ ਸਾਰਾ ਕੁਛ, ਖੈਰ ਮੁੰਡਾ ਜਿਹੜਾ ਪਤਾ ਲੱਗਿਆ ਪੁਲਿਸ ਵਾਲਿਆਂ ਨੂੰ ਉਹ ਲੈ ਗਏ ਨੇ, ਹੁਣ ਉਹਨਾਂ ਨੇ ਜਨਾਬ ਮੁੰਡੇ ਦੇ ਵਾਰਸਾਂ ਨੇ ਕਿਹਾ ਜੀ ਕਿ ਸਾਡਾ ਮੁੰਡਾ ਇਹਨਾਂ ਨੇ ਮਾਰਿਆ, ਰਾਹਗੀਰਾਂ ਨੇ ਕਿਸੇ ਨੇ, ਹੁਣ ਰਾਹਗੀਰੀ ਦੇ ਵਿੱਚ ਉਹਨੇ ਕਿਹਾ ਜੀ ਤੇ ਹੁਣ ਉਹਨਾਂ ਨੇ ਰਾਹਗੀਰ ਪਤਾ ਕਿਹੜਾ ਪਾਇਆ ਉਸਤਾਦ ਜੀ, ਆਪਣੀ ਮਰਜ਼ੀ ਦਾ ਇੱਕ ਨਾ ਦੁਸ਼ਮਣ ਪਾ ਕੇ ਉਹਦੇ ਕੋਲ 20 ਲੱਖ ਰੁਪਇਆ ਲਿਆ ਮਰੇ ਮੁੰਡੇ ਦਾ ਉਸਤਾਦ, ਇਹ ਜੈਨੂਅਨ ਵਾਕਿਆ, ਅੱਛਾ ਜੀ ਸ਼ੁਕਰ ਮੇਲਾ ਤੁਸੀਂ ਬਹੁਤ ਕਰ ਲਿਆ, ਜਾ ਰਿਹਾ ਉਸਤਾਦ ਜੀ ਕਿੱਥੇ ਜਾ ਰਿਹਾ, ਪੜਾ ਦੇ ਹੋ ਗਈ, ਸੀਰੀਅਸ, ਦੋ ਡਾਕੂਆਂ ਨੇ ਰੋਕਿਆ ਰਾਤ ਦਾ ਟਾਈਮ ਉਸਤਾਦ ਜੀ, ਸੁਨਸਾਨ ਜਗ੍ਹਾ ਤੇ ਚੀਕ ਮਖਾਂਦਾ ਨਾ ਜਾ ਰਿਹਾ, ਡਾਕੂ ਨੇ ਕਿਹਾ ਕੱਢਦੇ ਜੋ ਕੁਛ ਹੈਗਾ ਜੋ ਜੇ ਵੋ ਹਿਸਾਬ ਤਾ, ਉਹਨੇ ਸਾਰਾ ਕੁਛ ਦੇਖ, ਉਹਨੇ ਕਿਹਾ ਭਾਈ ਨੇ ਇੱਕ ਆਖਰੀ ਖੁਆਇਸ਼ ਹੈ ਮੇਰੀ, ਉਹਨਾਂ ਨੇ ਕਿਹਾ ਮੂੰਹ ਚੋਂ ਵੀ ਸਿੱਟ ਚੀਕਮ, ਉਹਨੇ ਕਿਹਾ ਚੀਕਮ ਮੈਂ ਸਿੱਟ ਦਾਂਗਾ, ਇੱਕ ਮੈਂ ਬੜੀ ਮੁਸ਼ਕਿਲ ਨਾਲ ਉਹ ਗੱਲ ਹੀ ਕੀਤੀ ਹੈ, ਹੁਣ ਮੈਂ ਪਟਾਕਾ ਇਹਦਾ ਇੱਕ ਮਾਰ ਲਾ, ਉਹਨੇ ਕਿਹਾ ਮਾਰ ਲਾ, ਉਹਨੇ ਪਟਾਕਾ ਫਲਾਇਆ, ਪਲਾਕਾ ਪਾ ਕੇ ਐਂ ਕਰਕੇ ਉਹਨੇ ਉਹਨਾਂ ਦੇ ਪੈਰਾਂ 'ਚ ਮਾਰਿਆ ਪਟਾਕਾ ਉਸਤਾਦ ਜੀ, ਉਹ 50-50 ਫੁੱਟ ਉੱਤੇ ਥੱਲੇ ਜ਼ਮੀਨ 'ਚ 30 ਫੁੱਟ ਟੋਇਆ ਪੈ ਗਿਆ, ਉਹ ਜਿਹੜੀ ਚੀਕਮ ਸੀ ਨਾ ਉਹ ਬਰੂਦੀ ਸੀ, ਪਟਾਕੇ ਵਾਲਾ ਸੀ ਏਦਾਂ ਹੀ ਨਾ, ਬੱਚੇ ਨੂੰ ਡਾਕੂ ਲੁੱਟਣ ਦੇ, ਹਾਂ ਬੱਚੇ ਨੂੰ ਭਾਈ ਉਹਦੇ ਕੋਲ ਮਾਲ ਸੀ ਕਿਤੇ ਕੰਮ ਤੋਂ ਆ ਗਿਆ, ਉਹਦੇ ਭਾਈ ਦੂਰੋਂ ਚਾਚੇ ਨੇ ਵੇਖਿਆ, ਉਹਨੇ ਤਾਜੀ ਉਹ ਜਿਹੜਾ ਚੂਹਾ ਨੀ ਏਦਾਂ ਚੱਲਦਾ ਉਹਦਾ ਬੰਬ ਬਣਾਇਆ, ਬੰਬ ਬਣਾ ਕੇ ਉਹਨੇ ਪਟਾਕਾ ਉਹਨੇ ਮਾਰਿਆ, ਹਾਂਜੀ ਮੰਮੀ ਸਲਵਾਰ ਚ ਉਹਨੂੰ ਮਾਰਿਆ, ਨਹੀਂ ਉਹ ਤੂੰ ਏਡੀ ਛੋਟੋ ਤੂੰ ਹੁਣ ਉਹ ਕਦੀ ਨਹੀਂ ਬਣਦਾ, ਨਹੀਂ ਤੁਹਾਡੇ ਆਈਡੀਆ ਤੋਂ ਮੈਂ ਉਹ 6-6 5 ਕੀ ਆਈਡੀਆ ਮੇਰੇ ਜੇ ਕਿਉਂ ਨਹੀਂ, ਬਾਅਦ ਨਾ ਕਿਤੇ ਰਿਕਾਰਡ ਹੋ ਜਾਏ ਤੇਰੀ, ਮੈਂ ਕਿਹਾ ਤੁਹਾਡੇ ਆਈਡੀਆ ਤੋਂ ਮੈਂ 6-6 5 ਕੀ ਆਈਡੀਆ ਮੇਰੇ ਜੇ ਕਿਉਂ ਨਹੀਂ, ਮੈਂ ਤੁਹਾਨੂੰ ਦੱਸਾਂ ਸਾਡੇ ਲਾਈਆ ਬਾਦਸ਼ਾਹ ਜੀ ਬੰਦੇ ਅੰਬ ਵਾਲੇ ਫਰੂਟ ਵਾਲੀ ਰੇਹੜੀ ਚੱਲ, ਆਹੋ ਅੰਬ ਵਾਲੀ ਬੁੱਲੀ ਦੇ ਕੋਲ, ਨਹੀਂ ਨਹੀਂ ਅੰਬਾਂ ਵਾਲੀ ਬੁੱਲੀ ਕਿੱਧਰ, ਉਹਨਾਂ ਨੇ ਨਸਤਾ ਜੀ ਉਹ ਅੰਬਾਂ ਵਾਲਾ ਦਾ ਅਤੇ ਫਰੂਟ ਵਾਲੀ ਜਿਹੜੀ ਉਹਨਾਂ ਨੇ ਲਾਈ ਜਾ ਸਰਦੀਆਂ ਪਿਛਲੀਆਂ ਗਰਮੀਆਂ ਦੀ ਗੱਲ, ਉਹਨਾਂ ਨੇ ਭਾਅ ਜੀ ਉਹ ਬੰਦਾ ਲੁੱਟਣ ਲਈ ਇਹਨਾਂ ਨੂੰ ਪੂਰੇ ਸਮਾਨ ਲੈ ਕੇ ਆਏ, ਉਹਨਾਂ ਜਿਹਨਾਂ ਚਾਰੋਂ ਬੰਦਿਆਂ ਨੇ ਚਾਰੋਂ ਪਾਸੋਂ ਘੇਰ ਲਿਆ, ਸਤਾਦ ਜੀ ਉਸ ਬੰਦੇ ਦਾ ਕਹਿੰਦੇ ਨੇ ਕਿ ਬੜਾ ਹੀ ਹੌਸਲਾ ਬੜਾ ਹੀ ਜਿਗਰਾ ਸਤਾਦ ਜੀ, ਉਹਨੇ ਨਾ ਉਹਨਾਂ ਨੇ ਪਹਿਲੋਂ ਥੱਲਿਓਂ ਪੈਸੇ ਕੱਢ ਕੇ ਦਿੱਤੇ ਆਪਣੇ ਉਹ ਸਾਰੇ ਗੱਲੇ 'ਚੋਂ, ਸਤਾਦ ਜੀ ਉਹਨੇ ਸਿਰਫ ਇਹ ਇੰਝ ਅੰਬਾਂ ਨੂੰ ਕੀਤਾ ਵਾ ਅਤੇ ਅੰਬਾਂ ਦੇ ਵਿੱਚੋਂ ਫੈਰੇ ਮੋੜ, ਅੰਬਾਂ ਦੇ ਵਿੱਚੋਂ ਫੈਰੇ, ਅੰਬਾਂ ਦੀਆਂ ਬੂਬੀਆਂ 'ਚੋਂ, ਬੂਬੀਆਂ 'ਚੋਂ ਸਤਾਦ ਜੀ ਉੱਤੋਂ ਜਿਹੜਾ
ਇੰਨੀ ਫਾਇਰਿੰਗ ਹੋਈ ਉਹ ਕਿਉਂਕਿ ਆਲੇ ਦੁਆਲੇ ਖੜੇ ਸੀ ਉਹ ਸਾਰੇ ਅੰਬਾਂ ਦੇ ਮੂੰਹ ਕੋਈ ਆਇਆ ਨੂੰ ਕੋਈ ਆਇਆ ਨੂੰ ਕੋਈ ਆਇਆ ਨੂੰ ਹਜ਼ਾਰ ਬੰਦੇ ਚੋਂ ਇੱਕ ਦਾ ਹੁੰਦਾ ਤੇ ਮੈਂ ਇੱਕ ਹੀ ਆ ਮੈਂ ਵੀ ਇੱਕ ਹੀ ਆ ਤੇਰਾ ਕਿੱਥੋਂ ਨੈਗੇਟਿਵ ਮੈਂ ਇੰਨੀ ਵਾਰੀ ਬਲੱਡ ਦਿੱਤਾ ਲਿਆ ਮੈਨੂੰ ਨੀ ਪਤਾ ਤੇਰਾ ਕਿਹੜਾ ਬੀ ਪੋਜ਼ਿਟਿਵ ਤੇਰਾ ਓ ਨੈਗੇਟਿਵ ਨਹੀਂ ਸਹੀ ਦੱਸ ਹਾਂਜੀ ਉਸਤਾਦ ਜੀ ਓ ਨੈਗੇਟਿਵ ਓ ਨੈਗੇਟਿਵ ਯਾਰ ਫੈਸਲ ਹਰ ਗੱਲ ਚ ਨਾ ਕਰਿਆ ਕਰੇ ਤਾਂ ਸੀਰੀਅਸ ਹੋ ਜਾ ਨਹੀਂ ਤੇਰਾ ਓ ਨੈਗੇਟਿਵ ਨਹੀਂ ਗਾ ਤੇਰਾ ਓ ਨੈਗੇਟਿਵ ਹੋਵੇ ਤੈਨੂੰ ਜੋ ਕੇ ਦੇਣਾ ਉਸਤਾਦ ਜੀ ਲਾ ਲਓ ਸ਼ਬਦ ਜਿੰਨੇ ਜਿੰਨੇ ਦਿਲ ਕਰਦਾ ਯਾਰ ਇੱਕ ਤੇ ਐਪ ਚੱਲ ਤੇਰਾ ਕਿਹੜਾ ਓ ਪੋਜ਼ਿਟਿਵ ਹਾਂ ਤੇਰਾ ਮੇਰਾ ਤਾਜੀ ਏ ਬੀ ਨੈਗੇਟਿਵ ਤੇਰਾ ਓ ਪੋਜ਼ਿਟਿਵ ਤੇਰਾ ਓ ਨੈਗੇਟਿਵ ਉਸਤਾਦ ਜੀ ਮੇਰਾ ਬੀ ਪੋਜ਼ਿਟਿਵ ਕਿਉਂ ਸਹੀ ਹੈ ਕੋਈ ਪੁੱਛਣ ਦੇ ਤੁਸੀਂ ਮੈਂ ਸਹੀ ਹੈ ਪਤਾ ਹੋਵੇ ਨਾ ਸਾਰਿਆਂ ਨੂੰ ਕਿ ਸਾਡਾ ਬਲੱਡ ਗਰੁੱਪ ਕੀ ਹੈ ਮੈਂ ਉਸਤਾਦ ਜੀ ਕੈਰੀਅਰ ਦੇ ਵਿੱਚ ਨਾ ਤੈਨੂੰ ਪਤਾ ਓ ਨੈਗੇਟਿਵ ਹਰ ਬਲੱਡ ਨੂੰ ਲੱਗ ਜਾਂਦਾ ਯਾਨੀ ਬੀ ਪੋਜ਼ਿਟਿਵ ਹਾਂਜੀ ਬੀ ਪੋਜ਼ਿਟਿਵ ਹੋਵੇ ਓ ਪੋਜ਼ਿਟਿਵ ਹੋਵੇ ਓ ਨੈਗੇਟਿਵ ਹਰ ਇੱਕ ਨੂੰ ਲੱਗ ਜਾਂਦਾ ਇਹਨੂੰ ਕੋਈ ਨਹੀਂ ਲੱਗਦਾ ਇਹਨੂੰ ਓ ਨੈਗੇਟਿਵ ਹੀ ਲੱਗਦਾ ਉਹਨੂੰ ਉਹ ਹੀ ਲੱਗਦਾ ਓ ਨੈਗੇਟਿਵ ਨੂੰ ਓ ਨੈਗੇਟਿਵ ਹੀ ਲੱਗਣਾ ਇਹ ਲੱਗ ਸਕਦਾ ਵਾ ਕਿਸੇ ਵੀ ਬਲੱਡ ਨੂੰ ਯਾਨੀ ਅਗਰ ਤੁਹਾਨੂੰ ਕੋਈ ਵੀ ਖੂਨ ਚਾਹੀਦਾ ਨਾ ਜਿਹੜਾ ਓ ਨੈਗੇਟਿਵ ਨਹੀਂ ਗਾ ਤੇ ਤੁਹਾਨੂੰ ਕੋਈ ਓ ਨੈਗੇਟਿਵ ਵਾਲਾ ਬੰਦਾ ਲੱਭ ਗਿਆ ਉਹਦਾ ਖੂਨ ਉਹਨੂੰ ਲੱਗ ਸਕਦਾ ਓ ਨੈਗੇਟਿਵ ਏਡਾ ਕੀਮਤੀ ਖੂਨ ਮੈਂ ਉਸਤਾਦ ਜੀ ਲਾਈਫ 'ਚ ਜਿੰਨੀ ਵਾਰੀ ਬਲੱਡ ਦਿੱਤਾ ਨਾ ਮੇਰਾ ਬਲੱਡ ਪੇਸ਼ੈਂਟ ਤੱਕ ਨਹੀਂ ਪਹੁੰਚਿਆ ਕਿਉਂ ਨਹੀਂ ਸਮੁੰਦਰੀ ਇੱਕ ਲੇਡੀ ਸੀ ਫੈਰ ਲੱਗਾ ਸੀ ਲੁਗੀ ਨਾ ਗਈ ਅੱਛਾ ਫੈਰ ਲੱਗਾ ਸੀ ਮੈਂ ਆਪਣੀ ਸੋਸ ਵਾਲੀ ਰੇਹੜੀ ਤੇ ਖੜਾ ਤੇ ਮੈਨੂੰ ਨਾ ਮੇਰਾ ਭਾਈ ਕਹਿੰਦਾ ਯਾਰ ਇੱਦਾਂ ਕਰਕੇ ਮੈਂ ਸਮੁੰਦਰੀ ਜਾਣਾ ਮੈਨੂੰ ਦੱਸਿਆ ਵੀ ਨੀ ਕਿ ਲੇਡੀ ਨੂੰ ਫੈਰ ਲੱਗਾ ਤੇਰਾ ਬੈਠ ਲੈਣਾ ਤੇ ਕਿੱਦਾਂ ਆਪਾਂ ਜਾਣਾ ਔਰ ਜਲਦੀ ਐਮਰਜੈਂਸੀ ਆ ਉੱਥੇ ਲੜਾਈ ਹੋ ਗਈ ਮੈਂ ਕਿਹਾ ਚਲੋ ਚੱਲਦੇ ਹਾਂ ਅੱਗੇ ਸਮੁੰਦਰੀ ਪਹੁੰਚੇ ਹਾਂ ਅਤੇ ਕਹਿੰਦੇ ਜੀ ਬਲੱਡ ਦੀ ਲੋੜ ਆ ਸਾਰੇ ਤੇਰਾ ਬਲੱਡ ਲੈਣਾ ਮੈਂ ਹੱਕਾ ਪੱਕਾ ਜ਼ਿੰਦਗੀ 'ਚ ਪਹਿਲੀ ਵਾਰ ਦਿੱਤਾ ਉਹਨੇ ਮੇਰਾ ਬਲੱਡ ਕੱਢਿਆ ਜੀ ਕਰਕੇ ਆਖਰੀ ਕਤਰਾ ਇੰਜ ਕਰਕੇ ਬੋਤਲ 'ਚ ਆਇਆ ਉਸਤਾ ਜੀ ਤੇ ਉਦੋਂ ਮਾਂ ਜੀ ਪੁਰਨਮ ਹੋ ਗਏ ਨੇ ਉਸਤਾਦ ਜੀ ਨੇ ਲੁੱਗੀ ਕੱਢ ਕੇ ਪੁਰਨਮ ਪਾਇਆ ਵਾ ਅੱਛਾ ਨਹੀਂ ਸੁਣ ਲੈਣਾ ਮਾਂ ਜੀ ਪਰਦਾ ਕਰ ਗਏ ਪੂਰੀ ਪਰਵਾਜ਼ ਲਈ ਡੈਥ ਹੋ ਗਈ ਉਹਨਾਂ ਦੀ ਡੈਥ ਹੋ ਗਈ ਤੇ ਤੇਰਾ ਖੂਨ ਤੂੰ ਡੀਕ ਲਾ ਲੈਣੀ ਸੀ ਬਾਅਦ 'ਚ ਮੇਰੇ ਸਾਹਮਣੇ ਉਹਨੇ ਫਰਿੱਜ ਰੱਖਦਾ ਕਹਿੰਦਾ ਜੇ ਹਮ ਬਲੱਡ ਬੈਂਕ ਮੈਂ ਦੇ ਦੇਗੇ ਮੈਂ ਕਿਹਾ ਲਓ ਜੀ ਬਸ ਚਲੋ ਤੈਨੂੰ ਤਾਂ ਅਜਰ ਮਿਲ ਗਿਆ ਨਾ ਉਹ ਕਿਸੇ ਹੋਰ ਨੂੰ ਲੱਗ ਜਾਏ ਉਹਨਾਂ ਨੇ ਕੀ ਕਰਨਾ ਦੂਸਰੀ ਵਾਰੀ ਮੈਂ ਦਿੱਤਾ ਮੇਰਾ ਯਾਰ ਰਾਤ 3 ਵਜੇ ਦਸੰਬਰ ਦੀਆਂ ਰਾਤਾਂ 3 ਵਜੇ ਨੂੰ ਲੈ ਕੇ ਆ ਠੰਡ 'ਚ ਤੇਰਾ ਬਲੱਡ ਚਾਹੀਦਾ ਮੈਂ ਕਿਹਾ ਯਾਰ ਹਾਂ ਤੇ ਚਲੋ ਚਲੀਏ ਕੜਿਆਲੋ ਜੀ ਵਿੱਚ ਉਹਦੀ ਸਿਸਟਰ ਦੀ ਡਿਲੀਵਰੀ ਸੀਗੀ ਉੱਥੇ ਨਹੀਂ ਕੜਿਆਲੋ ਜੀ ਨਹੀਂ ਸੀ ਕੜਿਆਲੋ ਜੀ ਦੇ ਡਿਲੀਵਰੀ ਵਾਕਿਆ ਨਹੀਂ ਬਣਨ ਡਿਆ ਉਹਦੇ ਕੋਲ ਉਹਨੇ ਆਪੇ ਸਿੱਧਾ ਕਰ ਲੈਣਾ ਤੂੰ ਸਬਰ ਤੇ ਕਰ ਹਮੀਦ ਟਰੱਸਟ ਜਿਹੜਾ ਵਾ ਉੱਥੇ ਸੀਗਾ ਠੀਕ ਹੈ ਚਲੋ ਤੇ ਇੰਜ ਕਰਕੇ ਉਸਤਾਦ ਜੀ ਆਖਰੀ ਕਤਰਾ ਮੇਰਾ ਬੋਤਲ 'ਚ ਗਿਆ ਬੋਤਲ ਭਰੀ ਆ ਉਹਨੇ ਇੰਜ ਕਰਕੇ ਪੈਕ ਕੀਤੀ ਹੈ ਨਰਸ ਦੇ ਹੱਥ 'ਚ ਅਤੇ ਉਧਰੋਂ ਡਾਕਟਰ ਆ ਕੇ ਉਹਨੂੰ ਕਹਿੰਦਾ ਮੁਬਾਰਕ ਹੋ ਜੀ ਆਪ ਕੇ ਹਾਂ ਬੇਟਾ ਹੋਇਆ ਅਤੇ ਮੈਂ ਕਿਹਾ ਡਾਕਟਰ ਸਾਹਿਬ ਬੋਤਲ ਜੇ ਕਹਿੰਦੇ ਹਾਂ ਫਰਿੱਜ 'ਚ ਰੱਖ ਦੇ ਬਲੱਡ ਬੈਂਕ ਕਰਿਆ ਕਰ ਹੁਣ ਤੂੰ ਫੋਨ ਦਿੰਦੇ ਆਵੇ ਨਾ ਤੂੰ ਬੋਤਲ ਦੇ ਕੇ ਪਹਿਲੇ ਕਹਿ ਦਿਆ ਕਰ ਭਾਜੀ ਫਰਿੱਜ 'ਚ ਰੱਖ ਦੇਣਾ ਬੰਦੇ ਦੀ ਲੱਤ ਕੱਟੀ ਗਈ ਹੈ ਉਹਨੂੰ ਬਲੱਡ ਚਾਹੀਦਾ ਮੈਂ ਦੇਣ ਗਿਆ
ਬਲੈਂਡ ਬਲੂਡ ਦੇਖਦਾ ਆ ਓਕੇ ਮੈਂ ਬਾਹਰ ਜੂਸ ਪੀਣ ਡਿਆ ਵਾਂ ਅਤੇ ਐਂਡੀ ਸ਼ੱਕ ਤੋਂ ਬੰਦੇ ਦੋਨੋਂ ਭੱਜੇ ਮੈਂ ਕਿਹਾ ਭਾਅ ਜੀ ਕੀ ਹੋਇਆ ਕਹਿੰਦੇ ਜਿਹਨੂੰ ਤੁਸੀਂ ਬਲੈਂਡ ਦੇਣ ਗਏ ਸੀ ਨਾ ਲੁੰਗੀ ਵਲੀਆ ਮੇਟ ਹੋ ਗਈ ਬੋਤਲ ਉਹ ਫਰਿੱਜ ਰੱਖ ਲਈ ਆਪਣਾ ਆਟਾ ਨਾਲ ਦੇ ਹਸਪਤਾਲ ਚ ਦਿਖਾਇਆ ਇਹਦੀਆਂ ਬੋਤਲਾਂ ਰੱਖੀਆਂ ਇੱਕ ਦਿਨ ਵੈਸੇ ਹਸਪਤਾਲ ਫਰਿੰਡਿਆ ਕਹਿੰਦਾ ਪਾ ਕੇ ਇੱਧਰ ਫਰਿੱਜ ਫੁੱਲ ਆ ਹੁਣ ਜਗ੍ਹਾ ਇੱਕ ਦਿਨ ਇਹਨੇ ਬੋਤਲ ਦਿੱਤੀ ਤੇ ਇਹਨੇ ਫਰਿੱਜ ਨੀ ਰੱਖੀ ਤੇ ਬੋਤਲ ਆਪ ਭੁੜਕ ਭੁੜਕ ਪੂਰੀ ਤਿਆਰੀ ਦੇ ਨਾਲ ਚਾਂਦ ਰਾਤ ਆ ਤੇ ਚਾਂਦ ਰਾਤ ਤੇ ਜਨਾਬ ਜੀ ਸਵੇਰੇ ਚਾਂਦ ਰਾਤ ਯਾਨੀ ਕੱਲ ਦਾ ਦਿਨ ਆਖਰੀ ਦਿਨ ਆ ਜਿਹੜਾ ਮੇਨ ਫਾਈਨਲ ਦਿਨ ਤੇ ਮੈਂ ਜਨਾਬ ਜੀ ਉਹ ਨਾ ਸਾਡੇ ਉੱਥੇ ਇੱਕ ਨਾ ਸਵੀਪਰ ਯਾਨੀ ਜਿਹੜਾ ਸਫਾਈ ਕਰਨ ਵਾਲਾ ਫਿਰਦਾ ਸੀ ਉਹਦੇ ਮੁੰਡਾ ਸੀ 10 ਸਾਲ ਦਾ 9 ਸਾਲ ਦਾ ਉਹਦਾ ਜਿਗਰ ਬਿਲਕੁਲ ਨਹੀਂ ਸੀ ਕੰਮ ਕਰਦਾ ਉਹਨੂੰ ਬਲੱਡ ਬਾਹਰੋਂ ਲੱਗਦਾ ਸੀ ਅਤੇ ਉਹਨੂੰ ਲੱਗਦਾ ਸੀ 15 ਦਿਨ ਬਾਅਦ 10 ਦਿਨ ਬਾਅਦ ਉਹ ਸਾਹ ਜੀ ਮੇਰੇ ਕੋਲ ਆ ਗਿਆ ਮੈਨੂੰ ਕਹਿੰਦਾ ਇਹ ਕਹਿੰਦਾ ਯਾਰ ਪੁੱਤਰ ਖੂਨ ਚਾਹੀਦਾ ਅਤੇ ਮੈਂ ਕਿਹਾ ਤੁਸੀਂ ਤਾਂ ਤੁਹਾਨੂੰ ਤਾਂ ਇੰਨੇ ਉਹਨੂੰ ਬਹੁਤ ਲੋਕ ਖੂਨ ਦਿੰਦੇ ਸੀ ਕਿਉਂਕਿ ਉਹਨੂੰ ਪਤਾ ਸਾਰਿਆਂ ਨੂੰ ਕਹਿੰਦਾ ਯਾਰ ਪੁੱਤਰ ਕੋਈ ਨਹੀਂ ਦੇ ਰਿਹਾ ਸਾਰੇ ਕਹਿ ਰਹੇ ਅਸੀਂ 4 ਦਿਨ ਹੋ ਕੇ ਜਾਗਣ ਨੇ ਅਸੀਂ ਸਵੇਰੇ ਲਾਹੌਰ ਜਾਣਾ ਮਾਲ ਲੈਣ ਅਸੀਂ ਹੁਣ ਚੱਲੇ ਮਾਲ ਲੈਣ ਅਸੀਂ ਦੁਕਾਨ ਲਾਉਣੀ ਚਾਚਾ ਜੀ ਹੁਣ ਨਹੀਂ ਕਦੋਂ ਕਿਸੇ ਨੇ ਹੁਣ ਮੈਂ ਕੀ ਸੋਚਿਆ ਮੈਂ ਕਿਹਾ ਸਜਾਦ ਬਾਦਸ਼ਾਹ ਇਹ ਮੌਕਾ ਵਾ ਨੇਕੀ ਦਾ ਠੀਕ ਆ ਜੀ ਮੈਂ ਕਿਹਾ ਚਲਾ ਜਾ ਬਈ ਸ਼ਟਰ ਤੱਕ ਥੱਲੇ ਸਿੱਟਿਆ ਮੈਂ ਕੱਪੜਾ ਪਾਇਆ ਜੁੱਤੀਆਂ 'ਤੇ ਸਾਰੀਆਂ 'ਤੇ ਅਤੇ ਮੈਂ ਜਨਾਬ ਜੀ ਨੈਸ਼ਨਲ ਹਸਪਤਾਲ ਦੀ ਬੈਕ ਸਾਈਡ 'ਤੇ ਲੈਬਾਰਟਰੀ ਉੱਥੇ ਚਲਾ ਗਿਆ ਅਤੇ ਮੈਂ ਉਹਨੂੰ ਮੇਰਾ ਬਲੱਡ ਸੈਂਪਲ ਲੈ ਕੇ ਗਿਆ ਮੈਚ ਕਰਨ ਲਈ ਅਤੇ ਮੈਂ ਉੱਥੇ ਬੈਠਾ ਅਤੇ ਮੈਂ ਦੇਖਿਆ ਇੱਕ ਘੋਲੂ ਜਿਹਾ ਬੱਚਾ ਉਹਦੀਆਂ ਪੀਲੀਆਂ ਅੱਖਾਂ ਥੱਲੇ ਲਿਖਿਆ ਹੈਪਾਟਾਈਟਸ CP ਅਤੇ ਮੈਂ ਸੋਚ ਰਿਹਾ ਤਾਂ ਡਾਕਟਰ ਆਇਆ ਅਤੇ ਮੈਨੂੰ ਕਹਿੰਦਾ ਸੋਰੀ ਸਰ ਤੁਹਾਡਾ ਖੂਨ ਨਹੀਂ ਲੱਗ ਸਕਦਾ ਮੈਂ ਕਿਉਂ ਕਹਿੰਦਾ ਤੈਨੂੰ ਹੈਪਾਟਾਈਟਸ ਸੀ ਹੈ ਤੁਹਾਨੂੰ ਹਾਂਜੀ ਫਰੀਦ ਸਾਹਿਬ ਏਡੀ ਉਮਰ ਵੀ ਨਹੀਂ ਸੀ ਜਲਦੀ ਘਬਰਾ ਗਏ ਅਤੇ ਤੂੰ ਹਿਸਾਬ ਲਾ ਬਈ 95% ਮੇਰਾ ਉੱਥੋਂ ਨਿਕਲ ਕੇ ਇੱਕ ਬੈਕਗਰਾਊਂਡ ਮਿਊਜ਼ਿਕ ਫਲੂਟ ਵਾਲਾ ਚੱਲ ਰਿਹਾ ਦਿਮਾਗ 'ਚ ਦੁਖੀ ਔਰ ਦੁਖੀ ਫੁੱਲ ਅਤੇ ਕਿਹੜੀ ਦੁਕਾਨ ਕਿਹੜੀ ਈਦ ਕਿਹੜੀ ਚਾਂਦ ਰਾਤ ਕਿਹੜੀਆਂ ਕਮਾਈਆਂ ਮੁੱਕ ਗਿਆ ਸਰ ਅਤੇ ਮੈਨੂੰ ਇੰਝ ਲੱਗੇ ਕਿ ਮੇਰੇ ਬਸ ਅੱਜ ਅਤੇ ਕੱਲ੍ਹ ਮੈਂ ਗਿਆ ਮੇਰੀ ਇਹ ਤਬੀਅਤ ਹੋਈ ਪਈ ਆ ਵੀ ਇਹਦਾ ਕੋਈ ਇਲਾਜ ਕਰਾਉਣਾ ਜਾਂ ਇਹਨੂੰ ਮੈਂ ਹੋਰ 10 ਸਾਲ ਜੀ ਲੂੰ ਨਾ ਮੇਰਾ ਜ਼ੇਨ ਇਹ ਕਿ ਵੀ ਉਦੋਂ ਨਾ ਨਵਾਂ ਨਵਾਂ ਆਇਆ ਅਤੇ ਇਹਦਾ ਡਰ ਬਹੁਤ ਸੀ ਯਾਨੀ ਸਿੱਧਾ ਹੀ ਇਹਦਾ ਮੌਤ ਨਾਲ ਕਨੈਕਸ਼ਨ ਸੀ ਮੈਨੂੰ ਕਹਿੰਦਾ ਪੁੱਤਰ ਯਾਰ ਮੈਂ ਸੋਰੀ ਮੈਂ ਕਿਹਾ ਕੋਈ ਗੱਲ ਨੀ ਚਾਚਾ ਜੀ ਤੁਸੀਂ ਜਾ ਮੈਨੂੰ ਇਕੱਲੇ ਨੂੰ ਛੱਡ ਜਾ ਉਹ ਚਲਾ ਗਿਆ ਮੈਂ ਦੁਕਾਨ ਤੇ ਗਿਆ ਇਕੱਲਾ ਹੀ ਬਾਜ਼ਾਰ ਚ ਬੁੱਢੀਆਂ ਮੇਰੇ ਵਿੱਚ ਵੱਜੀ ਜਾ ਰਹੀਆਂ ਬੰਦੇ ਵੱਜੀ ਜਾ ਰਹੇ ਮੈਂ ਜਾ ਕੇ ਦੁਕਾਨ ਦਾ ਸ਼ਟਰ ਤਾਂ ਚੁੱਕਿਆ ਤਾਂ ਚੁੱਕ ਕੇ ਅੰਦਰ ਦੀ ਇੱਕ ਮੈਂ ਲਾਈਟ ਬਾਲੀ ਸੀ ਬਾਹਰ ਦੀ ਬਾਲੀ ਸੀ ਦੋਵੇਂ ਲਾਈਟਾਂ ਬੰਦ ਕੀਤੀਆਂ ਨੇ ਜੁੱਤੀਆਂ ਚੁੱਕ ਕੇ ਅੰਦਰ ਸਮੇਟੀਆਂ ਨੇ ਜਿਹੜੇ ਫੱਟੇ ਦੇ ਬੁੱਢੀਆਂ ਆ ਕੇ ਬਹਿੰਦੀਆਂ ਸੀ ਨਾ ਸ਼ਟਰ ਥੱਲੇ ਕਰਕੇ ਉੱਥੇ ਲੰਮੀ ਪੈ ਗਏ ਨੇਰਾ ਦੁਕਾਨ 'ਚ ਕਿਸੇ ਨੇ ਦੱਸਿਆ ਮੇਰੇ ਕਜ਼ਨ ਦਾ ਬਿਲਕੁਲ ਨਾਂ ਦੀ ਦੁਕਾਨ ਮੇਰੇ ਕਜ਼ਨ ਦੀ ਉਹ ਕਿੱਥੇ ਗਿਆ ਮੈਂ ਕਿਹਾ ਇਹਨੂੰ ਹੁਣ ਮੈਂ ਕੀ ਦੱਸਾਂ ਸਤਾਜ ਜੀ ਮੈਂ ਉੱਠਿਆ ਓਏ ਉਹਨੂੰ ਤਾਂ ਚੁੱਕਿਆ ਤੇ ਮਤਲਬ ਕੀ ਹੋਇਆ
ਪੂਰਨਮ ਉਹ ਕਹਿੰਦਾ ਹੋਇਆ ਕੀ ਦੁਕਾਨ ਕਿਉਂ ਬੰਦ ਕੀਤੀ ਮਾਲ ਲੈ ਕੇ ਆਇਆ ਮੈਂ 50,000 ਦਾ ਲਾਹੌਰੋਂ ਸਜਾਵਟ ਕੀਤੀ ਪੂਰੀ ਦੁਕਾਨ ਦੀ ਤੇ ਮਿੱਟੀ ਮੈਂ ਕਿਹਾ ਕੀ ਕਰਨਾ ਵੇਚ ਕੇ ਕੀ ਕਰ ਲਾਂਗਾ ਮੈਂ ਕਮਾਈ ਕਰ ਵੀ ਲਾਂਗਾ ਈਦ ਲਾ ਕੇ ਉਹ ਮੈਨੂੰ ਕਹਿੰਦਾ ਉਹ ਫਿਟੇ ਮੂੰਹ ਹੋਇਆ ਕੀ ਆ ਹੈਪਾਟਾਈਟਿਸ ਸੀ ਉਹ ਕਿੱਦਾਂ ਮੈਂ ਕਿਹਾ ਇੱਦਾਂ ਉਹ ਤੇਰਾ ਕਹਿੰਦਾ ਕਹਿੰਦਾ ਤੂੰ ਕਿਹੜੇ ਹਸਪਤਾਲ ਗਿਆ ਮੈਂ ਕਿਹਾ ਉਹ ਨੈਸ਼ਨਲ ਕਹਿੰਦਾ ਤੈਨੂੰ ਕੁਛ ਨਹੀਂ ਹੋਇਆ ਉਹ ਲੈਬਾਰਟਰੀ ਛੱਡ ਦੇ ਸਵੇਰੇ ਸ਼ੌਕਤ ਖਾਨਾ ਤੋਂ ਕਰਾਉਣੇ ਤੈਨੂੰ ਕੁਝ ਉੱਠ ਕੇ ਕੰਮ ਕਰ ਮੈਂ ਕਿਹਾ ਕੰਮ ਕੁੰਮ ਨਹੀਂ ਕੰਮ ਗਿਆ ਬਣ ਗਿਆ ਕੰਮ ਹਾਂਜੀ ਉਹਨੇ ਭਾਈ ਉਸੇ ਟਾਈਮ ਮੈਨੂੰ ਫੜਿਆ ਪਤਾ ਨਹੀਂ ਕਿਹੜੀ ਲੈਬਾਰਟਰੀ ਸੀ ਬੜੀ ਅੱਛੀ ਜਾਂ ਆਗਾ ਖਾਨ ਜਾਂ ਸ਼ੌਕਤ ਖਾਨਮ ਉਸਤਾਦ ਜੀ ਮੈਂ ਉਹਨੇ ਮੇਰਾ ਬਲੱਡ ਉੱਥੇ ਦੇ ਦਿੱਤਾ ਬਲੱਡ ਦਿੱਤਾ ਅਤੇ ਅਗਲੇ ਦਿਨ ਹੁਣ ਚਾਂਦ ਰਾਤ ਆ ਅਤੇ ਚਾਂਦ ਰਾਤ ਆ ਅਤੇ ਮੇਰਾ ਜ਼ਿਹਨ ਫੂਰਾ ਹੀ ਆ ਕੋਈ ਬੁੱਢੀ ਆ ਰਹੀ ਮੈਂ ਉਹਨਾਂ ਗੱਲ ਹੀ ਨਹੀਂ ਕਰ ਰਿਹਾ ਸੀ ਉਹ ਕਹਿੰਦੀ ਇਹ ਚ ਛੋਟਾ ਨੰਬਰ ਦਾ ਮੈਂ ਕਿਹਾ ਹੈ ਨਹੀਂ ਇਹ ਹੀ ਆ ਜੋ ਲੱਗਾ ਬਸ ਉੱਧਰ ਮਾਲ ਭਰਿਆ ਪਿਆ ਬਾਈ ਇਹਦੇ 'ਚ 6 ਨੰਬਰ ਵਾ ਮੈਂ ਕਿਹਾ ਹੈ ਨਹੀਂ ਇਹ ਹੀ ਆ ਅੱਛਾ ਹੁਣ ਕਿਸੇ ਨੂੰ ਪੂਰੀ ਆ ਗਈ ਅਤੇ ਉਹਨੇ ਕਿਹਾ ਕਿੰਨੇ ਦੀ ਜਿੰਨੇ ਮਰਜ਼ੀ ਦੇ ਦੇ ਭਾਅ ਇਹ ਟੈਪ ਹੋਇਆ ਪਿਆ ਭਾਅ ਜੀ ਉਹ ਕਿਤੇ ਉਹਦੀ ਰਿਪੋਰਟ ਆਈ ਹੈ ਅਤੇ ਉਹਨਾਂ ਨੇ ਕਿਹਾ ਜੀ ਕੁਛ ਵੀ ਨਹੀਂ ਅਤੇ ਉਦੋਂ ਈਦ ਲੰਘ ਗਈ ਸੀ ਕਸਮੇ ਅੱਲਾ ਦੀ ਪੂਰਾ 50,000 ਰੁਪਇਆ ਮੈਂ ਕਿਤੋਂ ਫੜਿਆ ਸੀ ਕਿਸੇ ਕੋਲੋਂ ਕਿ ਭਾਈ ਵਾਲੀ ਦੇ ਕੇ ਤੂੰ 50,000 ਦੇ ਦੇ ਤੇ ਮੈਂ ਇਸ ਤਰ੍ਹਾਂ ਦੇ ਉਹਨੂੰ ਵੀ ਪੈਸੇ ਦਿੱਤੇ ਬਾਅਦ 'ਚ ਇਹ 2 ਦਿਨ ਤਾਂ ਸੇਲ ਦੇ ਹੁੰਦੇ ਸਤਾਰ ਜੀ ਜਿਹੜੇ ਸੀ ਹਾਂਜੀ ਲੇਕਿਨ ਉਹ ਈਦ ਸੀ ਨਾ ਉਹ ਨਹੀਂ ਰਿਜ਼ਲਟ ਆਇਆ ਮੇਰਾ ਹਾਲ ਈਦ ਅਲ ਈਦੋ ਇੱਕ ਦਿਨ ਪਹਿਲੇ ਰਾਤ ਨੂੰ ਆਇਆ ਜਾਂ ਅਗਲੇ ਦਿਨ ਯਾਨੀ ਈਦ ਬਰਬਾਦ ਹੋ ਚੁੱਕੀ ਸੀ ਮੇਰੀ ਵਿੱਚ ਵਿੱਚ ਬੜੇ ਬੜੇ ਅੱਛੇ ਚਾਂਸ ਵੀ ਮਿਸ ਹੋ ਗਏ ਮੇਰੇ ਕੋਲ ਬੜਾ ਜੀ ਮੈਨੂੰ ਵੀ ਇੱਕ ਵਾਰੀ ਮੌਕਾ ਹੋਇਆ ਮਿਲਿਆ ਬਲੱਡ ਦੇਣ ਗਿਆ ਮੈਂ ਮੇਰੀ ਕਜ਼ਨ ਮੇਰਾ ਇੱਕ ਉਹ ਨਾ ਬੜੇ ਮੇਰੇ 'ਤੇ ਆਸਾਨ ਅਤੇ ਮੈਂ ਨਾ ਉਸ ਬੰਦੇ ਨੂੰ ਨਾ ਉਹਦੀ ਵਾਈਫ ਨੂੰ ਉਸਤਾਦ ਜੀ ਬਲੱਡ ਚਾਹੀਦਾ ਸੀ ਅਤੇ ਮੈਂ ਹੁਣ ਜਾ ਕੇ ਮੈਂ ਕਿਹਾ ਕੀ ਆ ਭਾਬੀ ਨੂੰ ਕਿੱਦਾਂ ਠੀਕ ਹੈ ਨਾ ਉਹਨਾਂ ਕਿਹਾ ਹਾਂ ਸ਼ੁਕਰ ਬਸ ਬਲੱਡ ਦੀ ਜ਼ਰੂਰਤ ਆ ਅਤੇ ਉਹ ਕਿਹਾ ਕਿਸੇ ਨੂੰ ਆਇਆ ਹੀ ਨਹੀਂ ਹਾਲੇ ਤੀਕਰ ਅਤੇ ਤੇਰਾ ਕਿਹੜਾ ਇਹਦੇ ਕਿਹਾ ਉਹਨਾਂ ਨੇ ਕਿਹਾ ਕੀ ਹੋਇਆ ਭਾਬੀ ਨੂੰ ਉਹਨਾਂ ਨੇ ਕਿਹਾ ਬਸ ਇੱਦਾਂ ਬਲੱਡ ਜ਼ਰੂਰਤ ਆ ਮੈਂ ਚੱਲਦਾ ਉਹਨੇ ਕਿਹਾ ਚਲੋ ਕਹਿੰਦਾ ਨਹੀਂ ਨਹੀਂ ਮੈਂ ਚੱਲਦਾ ਲੇਕਿਨ ਕੀ ਮਤਲਬ ਕਹਿੰਦਾ ਮਤਲਬ ਕਿ ਮੈਂ ਚੱਲਦਾ ਓਕੇ ਤਾਂ ਜੀ ਉਹਨੇ ਬਲੱਡ ਕੱਢਿਆ ਉਹਨੇ ਜਾ ਕੇ 5 ਮਿੰਟ ਜਾਂ 7 ਮਿੰਟ ਬਾਅਦ ਉਹਨੇ ਆ ਕੇ ਕਿਹਾ ਜੀ ਉਹ ਕ੍ਰੋਸ ਮੈਚ ਹੋ ਗਿਆ ਅਤੇ ਲਿਹਾਜ਼ਾ ਉਹ ਪੋਜ਼ਿਟਿਵ ਹੈ ਅਤੇ ਇਹ ਇਨਸ਼ਾਅੱਲਾ ਜਿਹੜਾ ਅਸੀਂ ਲੈ ਲਵਾਂਗੇ ਅਤੇ ਤਾਂ ਜੀ ਹੁਣ ਮੈਨੂੰ ਨਾ ਕਰਨ ਜੋਗਾ ਨਾ ਅਤੇ ਮੈਂ ਹੁਣ ਪਤਾ ਕੀ ਉਹਨੂੰ ਕਹਿ ਰਿਹਾ ਵਾ ਪਤਾ ਕੀ ਮੇਰਾ ਖਿਆਲ ਆ ਮੈਂ ਕਿਹਾ ਲੈਬਾਰਟਰੀ ਨੇ ਸਹੀ ਚੈੱਕ ਕਰਵਾ ਲਓ ਮੈਨੂੰ ਪਿਛਲੇ ਦਿਨਾਂ 'ਚ ਨਾ ਮੈਂ ਕਿਹਾ ਚੱਕਰ ਜਿਹੀ ਆਉਣ ਮੈਨੂੰ ਉਲਟੀਆਂ ਵੀ ਆਈਆਂ ਬਲੱਡ ਦੀਆਂ ਅਤੇ ਮੈਂ ਝੂਠੀਆਂ ਕਹਾਣੀਆਂ 100 ਪਾਈਆਂ ਅੱਛਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਲੇਕਿਨ ਅਗਰ ਨਹੀਂ ਮੈਂ ਤੁਹਾਨੂੰ ਦੱਸਦਾ ਅਗਰ ਤੁਹਾਡੇ ਪਹਿਲੇ ਕਮੀ ਹੈ ਨਾ ਫਿਰ ਉਹ ਡਾਕਟਰ ਚੈੱਕ ਕਰ ਲੈਂਦੇ ਨੇ ਲੇਕਿਨ ਅਗਰ ਤੁਹਾਡਾ ਨਾਰਮਲ ਆ ਤਾਂ ਕੁਛ ਨਹੀਂ ਹੁੰਦਾ ਈਜ਼ੀ ਹੈ ਇੱਕ ਜਗ੍ਹਾ ਤੇ ਮੈਂ ਬੋਤਲ ਦਿੱਤੀ ਚਲੋ ਅਗਲੇ ਸ਼ੋਅ 'ਚ ਦੇ ਲਈ ਦੋ ਲਓ ਜੀ ਨਾਦਰ ਆਪਣਾ ਖਿਆਲ ਰੱਖੋ ਇਨਸ਼ਾਅੱਲਾ ਕੱਲ੍ਹ ਫਿਰ ਤੁਹਾਡਾ ਮੁਲਾਕਾਤ ਹੋਏਗੀ ਰੱਬ ਰਾਖਾ ਜਨਾਬ ਅੱਧੀ ਲੈ ਲਓ ਬੋਤਲ ਨਹੀਂ ਨਹੀਂ ਕੋਈ ਨਹੀਂ ਮੈਂ ਸਾਰੀ ਲੈ ਲਾਂਗਾ ਮੈਂ ਅਗਲੇ ਸ਼ੋਅ 'ਚ ਲੈ ਲਾਂਗਾ ਕੋਈ ਰੋਲ ਨਹੀਂ ਠੀਕ ਹੈ ਜੀ ਲਵ ਯੂ